ਸਾਰ ਜਣ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨਕਲ ਰਾਖੀ ਮੇਰੀ ਮੂਰਖ ਕੀ ਕੇਤਕ ਬਾਤ ਸੰਕੁਟ ਪ੍ਰਤੀ ਕਰਿਆ ਰੇ ਨਾਨਕ ਜਿਨ ਟੁਣੇ ਪੇਖਿਆ ਫਿਰ ਗਰਬਾਸ ਨ ਪਰਿਆ ਰੇ ਨਾਨਕ ਤੂੰ ਬਨਖਾਰੇ ਤਤਗੁਰ ਨਾਨਕ ਤੂੰ ਬਨਖਾਰੇ Thank you.
Yeah.
ਪੰਚ ਦੁੱਖ ਲਤਾ ਦੇ ਕਿਉਂ ਧਿਆਨ ਕਿਸ ਕਰਨ ਜਾਣਾ ਕਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਜਪ ਗਿਆ ਤਾਂ ਗੁਰਖ ਦਾ ਤੁਖੜੈ ਸੇਵਾ ਕਰਕੇ ਮਨ ਪਾਈ ਜੈ ਸੇਵਾ ਕਰਕੇ ਮਨ ਪਾਈ
ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਉੱਚੀ ਸੁੱਚੀ ਤੇ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਰੂਪ ਗੁਰੂ ਸਵਾਰੀ ਸਤਿ ਸੰਗਤ ਜੀਓ, ਆਪਣੇ ਸਮੇਂ ਤੇ ਸਵਾਸਾਂ ਨੂੰ ਸਭਨਿਆ ਕਰਨ ਵਾਸਤੇ ਜਿੱਥੇ ਮਾਈ ਔਰ ਭਾਈ ਸਾਰੇ ਹੀ ਪ੍ਰੇਮੀ ਜਨ ਦੋਨੋਂ ਨੇੜੇ ਆਪੋ ਆਪਣੇ ਦੁਨਿਆਵੀ ਧੰਦੇ ਧੰਧਾਰਾਂ ਤੋਂ ਛੁਟਕਾਰਾ ਪਾ ਕਰਕੇ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਉੱਚੀ ਸੁੱਚੀ ਤੇ ਨਿੱਘੀ ਗੋਦ ਵਿੱਚ ਪੁੱਜ ਕੇ ਆਪਣੀ ਜ਼ਿੰਦਗੀ ਦੇ ਆਪਣੇ ਜੀਵਨ ਦੇ ਅਮੋਲਕ ਸਮੇਂ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਲਗਾ ਕੇ ਸਭਨਿਆਂ ਕਰਨ ਦੀ ਖੇਚਲਾ ਜਾਨੀ ਕਿਰਪਾਲਤਾ ਕਰ ਉੱਥੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਵਾਲੇ ਛੇਵੇਂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਵਸ ਨੂੰ ਮਨਾ ਰਿਹਾ ਗੁਰੂ ਪਿਆਰੇ ਸਿੱਖੀ ਦੀ ਨੀਂਹ ਭਾਵੇਂ ਗੁਰੂ ਨਾਨਕ ਜੀ ਦੇ ਸਮੇਂ ਹੀ ਰੱਖੀ ਗਈ ਸੀ ਪਰ ਆਪਣੇ ਅਸਲੀ ਸਰੂਪ ਵਿੱਚ 1699 ਦੀ ਵਿਸਾਖੀ ਵਾਲੇ ਦਿਨ ਸਰਬੇ ਕਮਾਲ ਸਤਿਗੁਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪਵਿੱਤਰ ਕਰ ਕਮਲਾਂ ਤੋਂ ਖੰਡੇ ਬਾਟੇ ਦੇ ਅੰਮ੍ਰਿਤ ਦੀ ਪੌਲ ਪ੍ਰਾਪਤ ਕਰਕੇ ਆਪਣੇ ਅਸਲੀ ਸਰੂਪ ਚ ਆਈ। ਜਿਵੇਂ ਛੋਟੀਆਂ ਕਲਾਸਾਂ ਚ ਪੜ੍ਹਦੇ ਬੱਚੇ ਨਰਸਰੀ ਫਿਰ ਐਲ ਕੇ ਜੀ ਫਿਰ ਯੂ ਕੇ ਜੀ ਫਿਰ ਪਹਿਲੀ ਆ ਜਾਂਦੀ ਫਿਰ ਸੈਕਿੰਡ ਥਰਡ ਫੋਰਥ ਜਿੰਨਾ ਜਿੰਨਾ ਬੱਚੇ ਵੱਡੀਆਂ ਕਲਾਸਾਂ ਚ ਵੱਧਦੇ ਨੇ
ਵੱਡੀਆਂ ਕਲਾਸਾਂ ਵੱਲ ਵੱਧਦੇ ਨੇ, ਉਹਨਾਂ ਦਾ ਸਿਲੇਬਸ ਵੱਧਦਾ ਜਾਂਦਾ, ਉਨੀਆਂ ਕਿਤਾਬਾਂ ਵੀ ਵੱਧਦੀਆਂ ਜਾਂਦੀਆਂ ਨੇ, ਗੁਰੂ ਕਿਸੇ ਉਹਨਾਂ ਦੀ ਪੜ੍ਹਾਈ ਵੀ ਕੁਝ ਮੁਸ਼ਕਿਲ ਹੁੰਦੀ ਜਾਂਦੀ, ਔਖੀ ਹੁੰਦੀ ਲੱਗੀ ਜਾਂਦੀ ਹੈ। ਗੁਰੂ ਕਿਸੇ ਗੁਰੂ ਨਾਨਕ ਤੋਂ ਲਾ ਕੇ ਦਸਵੇਂ ਪਾਤਸ਼ਾਹ ਤੱਕ ਨਾ ਕਿਤੇ ਭਾਈ ਗੁਰੂ ਕਿਸੇ ਦੇ ਲਾਲੋ ਦੇ ਘਰੇ ਜਾ ਕੇ ਕਿਰਤ ਵਿਰਤ ਕਰ ਧਰਮ ਦੀ ਸਤਨਾਮ ਮਾ ਕਰਨਾ ਹੱਥੋਂ ਦੇ ਕੇ ਭਰਾ ਮਨਾਏ। ਭਾਈ ਲਾਲੋ ਤਖਾਣ ਦੇ ਘਰੇ ਬਾਬੇ ਨਾਨਕ ਜੀ ਦਾ ਸਭ ਤੋਂ ਪਹਿਲਾਂ ਜਾਣਾ ਹੋਇਆ, ਕਿਉਂਕਿ ਕਿਰਤ ਸ਼ੁੱਧ ਨਹੀਂ ਹੈਗੀ, ਫਿਰ ਮਨ ਕਿਸੇ ਸ਼ੁੱਧ ਰਹਿ ਸਕਦਾ। ਗੁਰੂ ਕੇ ਸੰਗਤ ਇਹ ਸੇਵਾ ਤੋਂ ਗੱਲ ਚੱਲੀ, ਪਰ ਸੇਵਾ ਕਿੱਥੇ ਤੱਕ ਪਹੁੰਚ ਗਈ? ਪੁੱਛਿਆ ਸੀ ਭਗਤ ਕਬੀਰ ਜੀ ਨੂੰ, ਆਪ ਜੀ ਦੇ ਸ਼ਰਧਾਲੂਆਂ ਨੇ ਬਾਬਾ ਜੀ ਰੋਜ਼ ਸੁਣਦੇ ਵੀ ਸੇਵਾ ਕਰਨੀ ਚਾਹੀਦੀ, ਕੁਝ ਕੁ ਲੋਕਾਂ ਦਾ ਖਿਆਲ ਹੈ ਕਿ ਗੁਰੂ ਦਾ ਇਸ਼ਨਾਨ ਕਰਾ ਦਿਓ ਸੇਵਾ, ਕੁਝ ਕੁ ਲੋਕਾਂ ਦਾ ਖਿਆਲ ਹੈ ਕਿ ਗੁਰੂ ਘਰ ਝਾੜੂ ਦਿਓ ਸੇਵਾ, ਕੁਝ ਕੁ ਲੋਕਾਂ ਦਾ ਖਿਆਲ ਹੈ। ਬਾਬਾ ਜੀ ਬਚਨ ਕਰ ਰਹੇ ਸਨ, ਬਾਬਾ ਬਲਕਾਰ ਸਿੰਘ ਹੋਰੀ ਕਿਸੇ ਨੇ ਪੁੱਜ ਗਿਆ, ਕਿਸੇ ਨੇ ਪੁੱਜ ਗਿਆ, ਪਰ ਭਗਤ ਕਬੀਰ ਜੀ ਨੂੰ ਲੱਗੇ ਕਿ ਬਾਬਾ ਜੀ ਕਿਰਪਾ ਕਰਕੇ ਦੱਸੋ ਵੀ ਸਭ ਤੋਂ ਵੱਡੀ ਸੇਵਾ ਕਿਹੜੀ ਹੈ ਜਿਹਦੇ ਕਰਕੇ ਗੁਰੂ ਖੁਸ਼ ਹੋਵੇ। ਕਬੀਰ ਜੀ ਲੱਗੇ ਕਿ ਵੈਸੇ ਤਾਂ 100 ਕਿਸਮ ਦੀ ਸੇਵਾ ਗੁਰੂ ਘਰ ਦੇ ਵਿੱਚ, ਪਰ ਸਭ ਤੋਂ ਵੱਡੀ ਸੇਵਾ ਆਪਣੇ ਗੁਰੂ ਦੀ ਆਗਿਆ ਮੰਨਣੀ, ਆਗਿਆ ਸਮਨੀ ਸਾਹਿਬ ਸੇਵਾ। ਦੂਜੇ ਪਾਸੇ ਪਾਤਸ਼ਾਹ ਕਹਿੰਦੇ ਹੁਕਮ ਮੰਨੀਆਂ ਹੋਵਾ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਹਜ਼ੂਰ ਨੇ ਗੁਰੂ ਕੇ ਸੰਗ ਸਿੱਖੀ ਦਾ ਇੱਕ ਬੂਟਾ ਲਾਇਆ, ਜਿਵੇਂ ਦੱਸ ਰਿਹਾ ਸੀ ਬਾਬਾ ਜੀ ਕਿ ਵੱਡੇ ਵੱਡੇ ਬੰਦਿਆਂ ਨੂੰ ਤੁਸੀਂ ਭਾਂਡੇ ਮਾਂਜਦੇ ਨਹੀਂ ਦੇਖਿਆ ਹੋਣਾ, ਝਾੜੂ ਦਿੰਦੇ ਨਹੀਂ ਦੇਖਿਆ ਹੋਣਾ, ਪਰ ਬਾਬੇ ਨਾਨਕ ਦਾ ਭੁੱਖੇ ਸਾਧੂਆਂ ਨੂੰ 20 ਰੁਪਈਏ ਦਾ ਲੰਗਰ ਛਕਾਉਣਾ, ਹੱਥੀ ਸੇਵਾ ਕਰਕੇ ਦਿਖਾਉਣੀ, ਗੁਰੂ ਕੇ ਸਿੰਘ ਕਿਰਪਾਲ ਪ੍ਰਤੀ ਧਰਤੀ ਤੇ 22 ਵਰੇ ਜ਼ਿੰਦਗੀ ਦਾ ਗੁਰੂ ਕੇ ਸਿੰਘ ਹੱਥੀ ਹਲਵਾ ਕੇ ਵੰਡ ਛਕਣਾ ਤੇ ਧਰਮ ਦੀ ਕਿਰਤ ਕਰਨੀ, ਵੰਡ ਛਕਣਾ ਨਾਮ ਜਪਣ ਦੀ ਜਾਂਚ ਸੀ ਸਾਨੂੰ, ਨਾਮ ਜਪਣ ਦੀ ਜਾਂਚ। ਜੇ ਅੱਜ ਤਾਂ ਕਿਸੇ ਸਤਰੋਂ ਕਹੀਏ ਵੀ ਤੂੰ ਟਰੈਕਟਰ ਵਾਲਾ ਫੜੂਗਾ ਕਈ ਚੱਕ ਲਾ, ਨਾ ਉਹ ਕਿੱਥੇ ਚੱਕ ਲੂਗਾ, ਕਦੀ ਚੱਕ ਲੂਗਾ। ਬਾਬੇ ਨਾਨਕ ਨੇ ਸਾਨੂੰ ਧਰਮ ਦੀ ਕਿਰਤ, ਗੁਰਮੁਖ ਨਾਮ ਦਾਨ ਇਸ਼ਨਾਨ, ਭਾਵੇਂ ਗੁਰੂ ਕੇ ਸੰਗ ਇਹਦਾ ਰਾਹ ਚ ਬੜੀਆਂ ਬੜੀਆਂ ਮੁਸ਼ਕਿਲਾਂ ਪਾਈਆਂ, ਇਨਸਾਨ ਭੁੱਲ ਗਿਆ ਕਿ ਜਦੋਂ ਭਗਵਾਨ ਦਾ ਰਾਹ ਇਨਸਾਨ ਇਨਸਾਨ ਨਾਲ ਰਹਿ ਕੇ ਜਦੋਂ ਇਨਸਾਨ ਨੇ ਫੜ ਲਿਆ ਸੀ ਸ਼ੈਤਾਨ ਦਾ ਰਾਹ, ਉਦੋਂ ਗੁਰੂ ਨਾਨਕ ਪਾਤਸ਼ਾਹ ਜੀ ਸੰਸਾਰ ਦੇ ਵਿੱਚ ਪਰਮੇਸ਼ਵਰ ਨੇ ਆਪਣੇ ਆਪ ਨੂੰ ਗੁਰੂ ਕੇ ਸੰਗ ਮਾਫ ਕਰਨਾ ਪ੍ਰਗਟ ਕੀਤਾ। ਦੁਨੀਆਂ ਵਹਿਮਾਂ ਤੇ ਭੁਲੇਖਿਆਂ ਦੇ ਵਿੱਚ ਪੈ ਗਈ ਸੀ, ਅੱਜ ਵੀ ਦੇਖਦੇ ਗੁਰੂ ਕੀ ਸੰਗਤ ਸਾਡੀਆਂ ਭਾਵਨਾ ਕਿਉਂ ਨਹੀਂ ਪੂਰੀਆਂ ਹੁੰਦੀਆਂ, ਇੱਕ ਵਾਰੀ ਕਹਿ ਸਾਡੀਆਂ ਭਾਵਨਾ ਕਿਉਂ ਨਹੀਂ ਪੂਰੀਆਂ ਹੁੰਦੀਆਂ, ਆਹ ਤੁੱਕਾਂ ਸਾਡੀ ਜ਼ਿੰਦਗੀ ਦੇ ਵਿੱਚ ਕਦੋਂ ਵਸਣਗੀਆਂ? ਗਲਾਂ ਚ ਗਾਤਰੇ ਵੀ ਪਾਏ ਨੇ, ਕਿਰਪਾਨਾਂ ਵੀ ਪਾਈਆਂ ਨੇ, ਮੱਥੇ ਕਬਰਾਂ ਤੇ ਟੇਕਦੇ ਫਿਰਦੇ ਆ, ਪਰ ਮੇਰੇ ਪਾਤਸ਼ਾਹ ਕਹਿੰਦੇ ਇਹ ਉੱਪਰ ਜਿਸ ਜਨ ਕੀ ਆਸਾ ਇਸ ਕੀ ਕਠੀਏ, ਜਨਮ ਕੀ ਫਾਸਾ ਸਾਡੀ ਇੱਕ ਤੇ ਇੱਕ ਤੇ ਸਾਡਾ ਭਰੋਸਾ ਨਹੀਂ। ਜਦੋਂ ਇੱਕ ਤੇ ਭਰੋਸਾ ਆ ਗਿਆ ਸਾਡਾ ਗੁਰੂ ਕੀ ਸੰਗਤ, ਤੇ ਫਿਰ ਸਾਧ ਸੰਗਤ ਜੀ ਫਿਰ ਤਾਂ ਮੰਗਣ ਦੀ ਵੀ ਲੋੜ ਨਹੀਂ ਪੈਣੀ, ਜਾ ਕੇ ਤੇ ਵਿਸ਼ਵਾਸ ਆਇਆ, ਤਤ ਗਿਆਨ ਤੇ ਮਨ ਪ੍ਰਗਟਾਇਆ। ਗੁਰੂ ਨਾਨਕ ਜੀ ਨੇ ਗੁਰੂ ਕਿਸਨ ਭਾਈ ਮਰਦਾਨੇ ਦੀ ਰਬਾਬ ਨੂੰ ਜਨਮ ਦਿੱਤਾ, ਗੁਰੂ ਰਬਾਬ ਦੇ ਵਿੱਚੋਂ
ਗੁਰਬਾਣੀ ਦੀਆਂ ਮਿੱਠੀਆਂ ਮਿੱਠੀਆਂ ਧੁਨਾਂ ਦਾ ਕੀਰਤਨ ਸ਼ੁਰੂ ਹੋਇਆ। ਸਦਾ ਖੁਸ਼ ਰਹਿੰਦਾ ਸੀ ਮਲਾਸ਼ੀ ਦੀ ਰਬਾਬ ਉੱਤੇ। ਸੇਵਾ ਤੇ ਸਿਮਰਨ ਦਾ ਇੱਕ ਬੂਟਾ ਲਾਇਆ। ਭਾਵੇਂ 10 ਸਰੂਪ ਸਨ, ਆਪੇ ਹਰ ਇੱਕ ਰੰਗ ਹੈ ਆਪੇ ਬੋ ਰੰਗੀ। ਜੋ ਦਿਲ ਭਾਵਾ ਨਾਨਕਾ ਸਾਈ, ਗੱਲ ਚੰਗੀ ਗੁਰੂ ਕੀ ਸੰਗਤ ਉਹੀ ਜੋਤ ਸੀ। ਜਿਹੜੀ ਗੁਰੂ ਕੀ ਸੰਗਤ ਮਾਫ ਕਰਨਾ, ਜਿਸ ਜੋਤ ਨੇ ਅੱਜ ਤੋਂ 550 ਸਾਲ ਪਹਿਲਾਂ ਆਪਣੇ ਆਪ ਨੂੰ ਗੁਰੂ ਨਾਨਕ ਰੂਪ ਵਿੱਚ ਪ੍ਰਗਟ ਕੀਤਾ। ਜੋਤ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ। ਸੇਵਾ ਦਾ ਉਪਦੇਸ਼ ਹੀ ਨਹੀਂ ਦਿੱਤਾ, ਸੇਵਾ ਕਰਕੇ ਵੀ ਵਿਖਾਈ। ਸੇਵਾ ਦਾ ਗੁਰੂ ਕਿਸਨ ਸੇਵਾ ਕਰਕੇ ਵੀ ਦਿਖਾਈ। ਕਿਰਤ ਕਰਨੀ ਨਹੀਂ ਕਹੀ, ਕਿਰਤ ਕਰਕੇ ਵੀ ਵਿਖਾਈ ਵੀ ਕਿਰਤ ਕਰਿਆ ਕਰੋ। ਇਹ ਨਹੀਂ ਕਿਹਾ ਵੀ ਕਿਰਤ ਕਰਿਆ ਕਰੋ। ਬਾਬਾ ਨਾਨਕ ਜੀ ਕਰਤਾਰਪੁਰ ਦੀ ਧਰਤੀ ਦੇ ਸਮੇਂ ਥੋੜਾ ਗੱਲ ਕੋਈ ਜ਼ਿਆਦਾ ਕਰਨੀ ਹੈ। ਕਰਤਾਰਪੁਰ ਦੀ ਧਰਤੀ ਤੇ ਮੈਂ ਤਾਂ ਕਈ ਵਾਰੀ ਹੈਰਾਨ ਹੁੰਦਾ। ਬਾਬਾ ਜੀ ਗੱਲ ਕਰ ਰਹੇ ਸਨ ਕੇਸਾਂ ਦੀ, ਕੋਈ ਨੌਜਵਾਨ ਇਸ ਗੱਲ ਦਾ ਜਵਾਬ ਦੇਵੇ। ਜਿਹੜੇ ਕੇਸ ਕਤਲ ਕਰਾਉਂਦੇ ਨੇ ਉਹਨੂੰ ਕਿਸੇ ਨੇ ਕਦੀ ਆਖਿਆ ਯਾਰ ਤੂੰ ਬੜਾ ਸੋਹਣਾ ਲੱਗਦਾ? ਜਿਹਨਾਂ ਕੰਨਾਂ ਵਿੱਚ ਮੰਦਰਾਂ ਪਾਈਆਂ ਨੇ ਕਿਸੇ ਨੇ ਆਖਿਆ ਤੂੰ ਬੜਾ ਸੋਹਣਾ ਲੱਗਦਾ? ਜਿਹੜੇ ਭੁੱਖੀਆਂ ਯਾਰਦੇ ਤੰਬਾਕੂ ਖਾਂਦੇ ਨੇ ਸ਼ਰਾਬਾਂ ਪੀਂਦੇ ਨੇ, ਕਦੇ ਕਿਸੇ ਨੇ ਆਖਿਆ ਤੂੰ ਬਹੁਤ ਚੰਗਾ ਲੱਗਦਾ? ਪਰ ਇੱਕ ਮਾਫ਼ ਕਰਨਾ, ਕੋਈ ਨਹੀਂ ਕਹਿੰਦਾ ਤੂੰ ਚੰਗਾ ਲੱਗਦਾ, ਕੋਈ ਨਹੀਂ ਕਹਿੰਦਾ ਤੂੰ ਬੜਾ ਸੋਹਣਾ ਲੱਗਦਾ। ਪਰ ਕਲਗੀਆਂ ਵਾਲਾ ਕਹਿੰਦਾ ਜੇ ਤੂੰ ਅਮਰ ਛਕਦਾ ਛਕਿਆ ਤਾਂ ਤੂੰ ਮੇਰਾ ਰੂਪ ਲੱਗਦਾ ਖਾਲਸਾ ਜੀ ਨੂੰ ਇੱਕ ਵਾਰੀ ਕਹਿ ਦਿੱਤਾ। ਗੁਰੂ ਗੋਬਿੰਦ ਸਿੰਘ ਕਹਿ ਰਹੇ ਨੇ ਕਿ ਤੂੰ ਮੇਰਾ ਰੂਪ ਲੱਗਦਾ, ਰੂਪ ਤੂੰ ਮੈਨੂੰ ਮੇਰੇ ਵਰਗਾ ਹੀ ਲੱਗਦਾ। ਖਾਲਸੋ ਵੀ ਮੇਰਾ ਰੂਪ ਹੈ, ਖਾਸ ਖਾਲਸੋ ਹੂੰ ਮੈਂ ਕਰੋ ਨਿਵਾਸ। ਗੁਰੂ ਕੇ ਸਿੰਘ ਇਹ ਗੱਲਾਂ ਭਾਵੇਂ ਗੁਰੂ ਨਾਨਕ ਦੇ ਘਰ ਵਿੱਚ ਪਹਿਲਾਂ ਹੀ ਸੁਣੀਆਂ ਆਉਂਦੀਆਂ ਸਨ। ਇੱਕ ਜਦੋਂ ਬਾਬਾ ਲਹਿਣਾ ਜੀ ਗੁਰੂ ਨਾਨਕ ਦਾ ਚਰਨੀ ਲੱਗੇ ਤਾਂ ਸਿੱਖ ਰੂਪ ਹੋ ਕੇ ਲੱਗੇ, ਪਰ ਇੱਕ ਦਿਨ ਸਿੱਖ ਸਿੱਖ ਨਾ ਰਿਹਾ, ਮਾਂ ਕਰਨਾ ਸਿੱਖ ਗੁਰੂ ਨਾਨਕ ਬਣ ਗਿਆ। ਤਾਂ ਗੁਰੂ ਨਾਨਕ ਇਹ ਸਮਝ ਲਓ ਸਿੱਖ ਬਣ ਗਿਆ। ਤੂੰ ਆਪੇ ਠਾਕਰ ਆਪੇ ਸੇਵਕ, ਕਿਆ ਇਹ ਜੰਤਰ ਵਿਚਾਰਾ ਗੁਰੂ ਕੀ ਸੰਗਤ ਚ ਗੁਰਤਾ ਗੁਰਗੱਦੀ ਬਖਸ਼ੀ, ਗੁਰਤਾ ਗੁਰਗੱਦੀ ਦੀ ਬਖਸ਼ਿਸ਼ ਕੀਤੀ ਗੁਰੂ ਅੰਗਦ ਦੇ ਮਹਾਰਾਜ ਨੂੰ। ਜਿੱਥੇ ਬਾਬਾ ਜੀ ਆ ਬੈਠਿਆ ਕਰਦੇ ਸਨ ਗੁਰੂ ਅੰਗਦ ਦੇ ਮਹਾਰਾਜ ਆਪਣੇ ਸਥਾਨ ਤੇ ਬਿਠਾਇਆ। ਆਖਿਆ ਪਾਤਸ਼ਾਹ ਇਹ ਕੀ ਕਰਨ ਲੱਗੇ? ਆਖਿਆ ਇੱਥੇ ਮੈਂ। ਆਖਿਆ ਤੁਹਾਡੀ ਥਾਂ ਤੇ ਮੈਂ ਬੈਠਾ? ਪਾਤਸ਼ਾਹ ਨੇ ਆਖਿਆ ਹਾਂ, ਮੇਰੀ ਥਾਂ ਤੇ ਤੂੰ ਬੈਠ। ਆਖਿਆ ਜੀ ਮੇਰੇ ਚਰਨਤ ਨੀ, ਮੈਂ ਤੁਹਾਡੀ ਥਾਂ ਤੇ ਬੈਠਾ। ਆਖਿਆ ਲੈਣਿਆ ਤੂੰ ਬੜੇ ਬਚਨ ਮੰਨੇ ਨੇ, ਕਾਫੀ ਬਚਨ ਮੰਨਣਾ ਤੇਰੀ ਕਹਿੰਦੇ ਬਾਰੇ, ਤੂੰ ਬੜੇ ਬਚਨ ਮੰਨੇ ਨੇ। ਗੁਰੂ ਅੰਗਦ ਦੇ ਮਹਾਰਾਜ ਦੀ ਜ਼ਿੰਦਗੀ ਦਾ ਸਭ ਤੋਂ ਔਖਾ ਸਮਾਂ ਉਹ ਸੀ ਜਦੋਂ ਗੁਰੂ ਨਾਨਕ ਜੀ ਨੂੰ ਜਦੋਂ ਗੁਰੂ ਨਾਨਕ ਜੀ ਨੇ ਬਾਬਾ ਲਹਿਣਾ ਜੀ ਨੂੰ ਆਪਣੀ ਥਾਂ ਤੇ ਬਿਠਾਇਆ। ਇੱਕ ਵਾਰੀ ਕਹਿ ਦੋ, ਆਪਣੀ ਥਾਂ ਤੇ ਬਿਠਾਇਆ। ਤੇ ਬਾਬਾ ਜੀ ਕਹਿੰਦਾ ਬਾਬਾ ਲਹਿਣਾ ਜੀ ਪੈਰਾਂ ਤੋਂ ਲੈ ਕੇ ਤੇ ਜਿਹਦੇ ਤੱਕ ਪਾਣੀ ਪਾਣੀ ਹੋ ਗਿਆ। ਆਖਿਆ ਗਰੀਬ ਨਿਵਾਜ ਮੈਂ ਨੀ ਇੱਥੇ ਬਹਿ ਸਕਦਾ। ਪਾਤਸ਼ਾਹ ਨੇ ਆਖਿਆ ਲੈਣੀਆ ਤੈਨੂੰ ਬਣਾ ਇਹੋ ਜਿਹਾ ਦਿੱਤਾ ਕਿ ਤੂੰ ਮੇਰੀ ਥਾਂ ਤੇ ਬਹਿ ਸਕਦਾ, ਤੈਨੂੰ ਬਣਾ ਇਹੋ ਜਿਹਾ ਦਿੱਤਾ ਕਿ ਤੂੰ ਮੇਰੀ ਥਾਂ ਤੇ ਬਹਿ ਸਕਦਾ। ਆਖਿਆ ਗਰੀਬ ਨਿਵਾਜ ਮੈਂ ਤੇਰੇ ਬੜੇ ਬਚਨ ਮੰਨੇ ਨੇ, ਪਰ ਤੇਰਾ ਆਹ ਬਚਨ ਮੰਨਣਾ ਬੜਾ ਔਖਾ, ਤੇਰਾ ਆਹ ਬਚਨ ਮੰਨਣਾ ਔਖਾ ਕਿ ਤੇਰੀ ਥਾਂ ਤੇ ਲੈਣਾ ਬੈਠੇ। ਗੁਰਦੇਵ ਨੇ ਆਖਿਆ ਲੈਣੇ ਆ ਤੇਰੇ ਸਾਰੀ ਜ਼ਿੰਦਗੀ ਤੋਂ ਬਚਨ ਮੰਨੇ ਨੇ ਨਾ, ਉਹਨਾਂ ਬਚਨਾਂ ਦਾ ਅੱਜ ਇਮਤਿਹਾਨ ਹੈ ਕਿ ਤੂੰ ਮੇਰੀ ਥਾਂ ਤੇ ਬਹਿ ਜਾ। ਉਹਨਾਂ ਬਚਨਾਂ ਦਾ ਬਾਬੇ ਨਾਨਕ ਨੇ ਫਿਰ ਉੱਠੀ ਇੱਕ ਆਵਾਜ਼, ਪੰਜਾਬ ਸੇ ਜਿਸੇ ਜਗਾਇਆ ਹਿੰਦੁਸਤਾਨ ਕੋ ਖਾਬ ਸੇ। ਰੂਪੀ ਸੰਤ ਐਸੀ ਆਵਾਜ਼ ਪੈਦਾ ਕੀਤੀ ਬਾਬੇ ਨਾਨਕ ਨੇ
ਸਦੀਆਂ ਦੀ ਗੁਲਾਮੀ ਪਤਾ ਲੈ ਕੇ ਭਾਵੇਂ ਗੁਰੂ ਕੀ ਸੰਗਤ ਸਿੱਖੀ ਦਾ ਜਨਮ ਜਦੋਂ ਹੋਇਆ ਉਦੋਂ ਇਸਲਾਮ ਦਾ ਰਾਜ ਸੀ। ਮਾਫ ਕਰਨਾ ਇੱਕ ਵਾਰੀ ਕਹਿੰਦਾ ਸਿੱਖੀ ਦਾ ਜਦੋਂ ਜਨਮ ਹੋਇਆ ਜਦੋਂ ਸਿੱਖੀ ਦਾ ਬੂਟਾ ਲਾਇਆ ਗੁਰਦੇਵ ਨੂੰ ਉਦੋਂ ਇਸਲਾਮ ਦਾ ਰਾਜ ਸੀ। ਜਦੋਂ ਪੰਥ ਸਾਜਿਆ ਉਦੋਂ ਵੀ ਇਸਲਾਮ ਦਾ ਰਾਜ ਸੀ। ਜਦੋਂ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਉਹ ਗਈ ਉਦੋਂ ਵੀ ਇਸਲਾਮ ਦਾ ਰਾਜ ਸੀ। ਜਦੋਂ ਗੋਇੰਦਵਾਲ ਸਾਹਿਬ ਵਸਾਇਆ ਉਦੋਂ ਵੀ ਇਸਲਾਮ ਦਾ ਰਾਜ ਸੀ। ਇਹ ਦਮੇ ਗੁਲਾਮੀ ਚ ਤੇ ਫਲਿਆ ਗੁਲਾਮੀ ਚ, ਇਹ ਵਧਿਆ ਵੀ ਗੁਲਾਮੀ ਚ, ਪਰ ਜੇ ਖਾਲਸਾ ਜੀ ਮਾਫ ਕਰਨਾ ਕਹਿੰਦੇ ਇਹਦੇ ਤੇ ਯਾਦੀ ਦੇ ਦਿਲ ਆ ਗਏ ਫਿਰ ਤੇ ਹੜ੍ਹ ਦੇ ਪਾਣੀ ਨੂੰ ਵੱਜ ਜਾਣਾ। ਖਾਲਸਾ ਜੀ ਇੱਕ ਵਾਰੀ ਕਹਿੰਦੇ ਬੜੀ ਕਮਾਲ ਦੀ ਗੱਲ ਹੈ। ਸਤਿਗੁਰ ਪਾਤਸ਼ਾਹ ਕਹਿ ਰਹੇ ਨੇ ਮਾਫ ਕਰਨਾ ਗੁਰੂ ਕੀ ਸੰਗਤ, ਕਿਹਾ ਪੁਰਖਾ ਤੂੰ ਮੇਰੀ ਥਾਂ ਤੇ ਬਹਿ ਜਾ, ਪੰਜ ਪੈਸੇ ਮੇਰੇ ਰੱਖ ਕੇ ਮੱਥਾ ਦੇਖਣਾ, ਮਾਫ ਕਰਨਾ ਜਿੱਥੇ ਬਾਬਾ ਲੈਣਾ ਜੀ ਜਿਸ ਥਾਂ ਤੇ ਖੜ ਕੇ ਮੱਥਾ ਟੇਕਿਆ ਕਰਦੇ ਸਨ, ਨਮਸਕਾਰ ਕਰਿਆ ਕਰਦੇ ਸਨ, ਉੱਥੇ ਗੁਰੂ ਨਾਨਕ ਜੀ ਖੜੇ ਹੋ ਗਏ ਤੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਬੈਠੇ ਕਰਦੇ ਸਨ ਉੱਥੇ ਬਾਬਾ ਲੈਣਾ ਜੀ ਬਿਠਾ ਲਿਆ ਖਾ। ਸੇਵਾ ਦਾ ਬੂਟਾ ਲਾਇਆ, ਗੁਰੂ ਇੱਕ ਰਿਹਾ, ਗੁਰੂ ਇੱਕ ਰਹੇਗਾ। ਗੁਰੂ ਸਾਧ ਸੰਗਤ ਜੀ ਮਾਫ ਕਰਨ ਵਿਸਰਦੇ ਸੀ, ਜਣੇ ਖੜੇ ਨੂੰ ਗੁਰੂ ਕਹਿ ਦਿੰਦੇ ਆ। ਗੁਰੂ ਕੀ ਸੰਗਤ ਪਲ ਪਰਮੇਸ਼ਰ ਦਾ ਸਾਧਨ ਸਰੂਪ ਗੁਰੂ ਆ। ਜਦੋਂ ਅਸੀਂ ਜਿਹੜਾ ਇਹਨਾਂ ਜਿਹੜਾ ਅੱਖਾਂ ਨੂੰ ਦਿੰਦਾ ਉਹਨੂੰ ਸਰਗੁਣ ਕਹਿੰਦੇ ਨੇ, ਜਿਹੜਾ ਨਹੀਂ ਦੇਖਦਾ ਉਹਨੂੰ ਇਹਨਾਂ ਅੱਖਾਂ ਨੂੰ ਨਹੀਂ ਦਿੰਦਾ ਉਹਨੂੰ ਨਿਰਗੁਣ ਕਹਿੰਦੇ ਨੇ। ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ, ਆਪਣ ਕੀ ਆ ਨਾਨਕਾ ਆਪੇ ਕੀ ਫਿਰ ਜਾਪ, ਆਪਣ ਕੀ ਆ ਨਾਨਕਾ ਆਪੇ ਕੀ ਫਿਰ ਜਾਪ। ਜਦੋਂ ਪਰਮੇਸ਼ਰ ਸੰਸਾਰ ਦੇ ਭਲੇ ਵਾਸਤੇ ਆਉਂਦਾ, ਮਾਫ ਕਰ ਰੁਕਦੇ ਕਹਿੰਦਾ ਗੁਰ ਪਰਮੇਸ਼ਰ ਇੱਕੋ ਜਾਣ, ਸਾਰੇ ਕੋਲ ਗੁਰ ਪਰਮੇਸ਼ਰ, ਗੁਰ ਪਰਮੇਸ਼ਰ ਇੱਕੋ ਜਾਣ। ਗੁਰੂ ਕਿਸਨ ਪਰਮੇਸ਼ਰ ਦਾ ਸਰਗੁਣ ਸਰੂਪ ਗੁਰੂ ਆ, ਤੇ ਗੁਰੂ ਦਾ ਨਿਰਗੁਣ ਸਰੂਪ ਪਰਮੇਸ਼ਰ ਦਾ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ। ਗੁਰੂ ਕਿਸਨ ਨੌ ਸਰੂਪਾਂ ਦੇ ਵਿੱਚ ਗੁਰੂ ਸਿੱਖ ਰੂਪ ਹੋ ਕੇ ਵਿਚਰਿਆ, ਦਰਿਆਏ ਪਿਆਸਾ ਤੋਂ ਬਾਰਾਂ ਵਾਰ ਪੁੱਠੇ ਪੈਰੀ ਪਾਣੀ ਲੈਣ ਵਾਸਤੇ ਜਾਣਾ, ਸਿੱਧੇ ਪੈਰੀ ਜਲ ਲੈ ਕੇ ਆਉਣਾ। ਬਾਬਾ ਨਾਨਕ ਪੂਰਨੇ ਬੋਲਦਾ ਰਿਹਾ, ਇੱਕ ਵਾਰੀ ਕਹਿ ਦਿੰਦਾ, ਇੱਕ ਵਾਰੀ ਫੇਰ ਕਹਿ ਦਿੰਦਾ, ਬਾਰਾਂ ਵਾਰ ਪੁੱਠੇ ਪੈਰੀ ਜਾਂਦੇ ਲੈਣ ਵਾਸਤੇ ਜਾਣਾ, ਸਿੱਧੇ ਪੈਰੀ ਜਲ ਲੈਣ ਲੈ ਕੇ ਆਉਣਾ, ਕਿਤੇ ਮੇਰੀ ਪਿੱਠ ਗੁਰੂ ਘਰ ਗੁਰੂ ਵਾਧਵਾ ਹੋ ਜਾਏ। ਹੁਣ ਜਾਤੀ ਮੰਨ ਲਓ ਫਿਰ ਸਾਡੀ ਸ਼ਰਧਾ ਕਿਉਂ ਜੀ, ਸ਼ਰਾਬਾਂ ਪੀ ਕੇ ਵੀ ਆਉਣਾ, ਇੱਕ ਵਾਰੀ ਕਹਿ ਦਿੰਦਾ, ਗੁਰੂ ਘਰ ਸ਼ਰਾਬਾਂ ਪੀ ਕੇ ਵੀ ਆਉਣਾ, ਸਤ ਸੰਗਤ ਜੀ ਮਾਫ ਕਰਨਾ। ਪਰ ਇੱਧਰ ਚੌਥੇ ਪਾਤਸ਼ਾਹ ਜੀ ਦਾ ਗੁਰੂ ਅਮਰਦਾਸ ਮਾਨ ਦੇ ਚਰਨਾਂ ਵਿੱਚ ਆਉਣਾ, ਸਿਆਣਿਆਂ ਦੀ ਕਹਾਵਤ ਹੈ ਸਹੁਰੇ ਘਰ ਜਵਾਈ ਕੁੱਤਾ, ਆਮ ਲੋਕੀ ਕਹਿੰਦੇ ਨੇ, ਪਰ ਇੱਥੇ ਸਹੁਰੇ ਘਰ ਜਵਾਈ ਉੱਚਾ, ਸਹੁਰੇ ਘਰ ਜਵਾਈ ਸੁੱਚਾ, ਵਿੱਚ ਦੁਨੀਆਂ ਸਿਰ ਕਮਾਈ ਹੈ। ਹੁਕਮ ਮੰਨੀਆਂ ਹੋਇਆ ਪ੍ਰਮਾਣ ਦਾ ਖਸਮੇ ਕਾ ਮਹਿਲ ਪਾਏ ਸੀ, ਰੋਜ਼ ਪੜ੍ਹਦੇ ਹਾਂ, ਰੋਜ਼ ਪੜ੍ਹਦੇ ਹਾਂ ਗੁਰੂ ਕਿਸਮ, ਹੁਕਮ ਮੰਨੀਆਂ ਹੋਵੇ ਪ੍ਰਮਾਣ, ਸਾਰੇ ਕੋਲ ਹੁਕਮ ਮੰਨੀਆਂ ਹੋਵੇ, ਹੁਕਮ ਮੰਨੀਆਂ ਹੋਵੇ ਪ੍ਰਮਾਣ ਤਾਂ ਖਸਮੇ ਕਾ ਮਹਿਲ ਪਾਏ ਸੀ। ਜਿਹਨੇ ਰੱਬ ਨੂੰ ਮਿਲਣਾ, ਜਿਹਨੇ ਪਰਮੇਸ਼ਰ ਨੂੰ ਮਿਲਣਾ, ਉਹ ਗੁਰੂ ਗ੍ਰੰਥ ਸਾਹਿਬ ਦਾ ਬਚਨ ਮੰਨੇ। ਪਰ ਜਦੋਂ ਤੱਕ ਅਸੀਂ ਬਚਨ ਨਾ ਮੰਨਿਆ ਉਦੋਂ ਤੱਕ ਸਾਡਾ ਬਣਨਾ ਵੀ ਕੁਝ ਨਹੀਂ। ਮਾਫ ਕਰਨਾ ਗੁਰੂ ਕੀ ਸੰਗਤ, ਅੰਦਰ ਰਾਹ ਵਿੱਚ ਦਰਿਆਏ ਬਿਆਸਾ ਤੋਂ ਬਾਰਾਂ ਵਰੇ ਉੱਠੇ ਪੈਰੀ ਜਲਣ ਵਾਸਤੇ ਜਾਣਾ ਤੇ ਸਿੱਧੇ ਪੈਰੀ ਜਲ ਲੈ ਕੇ ਆਉਣਾ, ਇਹ ਵੀ ਆਇਆ। ਬਾਬਾ ਨਾਨਕ ਜੀ ਕਰਤਾਰਪੁਰ ਦੀ ਧਰਤੀ ਤੇ 22 ਵਰੇ
ਗੁਰੂ ਕਿਸ ਹੱਥੀ ਹਲ ਵਾ ਕੇ ਖੇਤੀ ਕੀਤੀ, ਜਿੰਨਾ ਰਾਸ਼ਨ ਆਉਂਦਾ ਸੀ ਨਾ ਰਾਸ਼ਨ ਬਾਹਰੋਂ ਸੰਗਤਾਂ ਰਾਹੀਂ ਰਾਵੀ ਦਰਿਆ ਦੇ ਕੰਢੇ ਤੇ ਸਤਵਾ ਦੇਣਾ, ਰਾਵੀ ਦਰਿਆ ਦੇ ਵਿੱਚ ਸਤਵਾ ਦੇਣਾ ਰਾਸ਼ਨ ਉਹ ਵਰਤਿਆ ਜਾਂਦਾ ਸੀ ਗੁਰੂ ਕੇ ਸੰਗਤ ਗੁਰੂ ਕੇ ਡੰਗਰਾਂ ਵਿੱਚ ਜੋ ਗੁਰੂ ਬਾਬੇ ਨੇ ਆਪਣੇ ਹੱਥੀ ਕਿਰਤ ਕੀਤੀ। ਇਹਦੇ ਪਾਤਸ਼ਾਹ ਤੋਂ ਜਾ ਕੇ ਜਿੱਥੇ ਜਿੱਥੇ ਗਏ ਨੇ ਭਰਮਾ ਭੁਲੇਖਿਆ ਪਏ ਲੋਕਾਂ ਨੂੰ ਗੁਰੂ ਕੇ ਸੰਗਤ ਧਾਰਿਆ। ਤੁਹਾਡਾ ਕੀ ਖਿਆਲ ਕਿ ਜੰਗ ਛੇਵੇਂ ਪਾਤਸ਼ਾਹ ਨੇ ਕੀਤੀ? ਤੁਹਾਡਾ ਕੀ ਖਿਆਲ ਹੈ ਜੰਗ ਦਸਵੇਂ ਪਾਤਸ਼ਾਹ ਨੇ ਕੀਤੀ ਹੈ? ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਹੜੀ ਜੰਗ ਕੀਤੀ ਹੈ, ਭਾਈ ਗੁਰਦਾਸ ਜੀ ਕਹਿੰਦੇ ਚੜਿਆ ਸੋ ਤਨ ਧਾਤ ਨੂੰ ਕਰੀ ਵੱਡਾ 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 ਸਿੱਧਾਂ ਵਰਗਿਆਂ ਨੂੰ ਬੰਦੇ ਬਣਾਉਣਾ ਤੇ ਆਮ ਬੰਦੇ ਦੇ ਬਸ ਦੀ ਗੱਲ ਨੀ ਸੀ। ਖਾਲਸਾ ਜੀ ਇੱਕ ਵਾਰੀ ਕਹਿ ਦਿੱਤਾ ਇਹ ਆਮ ਬੰਦੇ ਦੇ ਬਸ ਦੀ ਗੱਲ ਨੀ ਸੀ। ਬੜੀਆਂ ਬੜੀਆਂ ਕਰਾਮਾਤਾਂ ਮਾਂ ਕਰਨ, ਬੜੀਆਂ ਬੜੀਆਂ ਸ਼ਕਤੀਆਂ ਦੇ ਮਾਹਰ ਸਨ। ਸਿੱਧ ਗੁਰੂ ਕਿਸਨ ਸਿੱਧਾਂ ਨੂੰ ਬੰਦੇ ਬਣਾਉਣਾ, ਵਿਚਾਰ ਦੇ ਬਾਣ ਮਾਰਨੇ ਤੇ ਉਹਨਾਂ ਲੋਕਾਂ ਨੂੰ ਦੱਸਣਾ ਪ੍ਰੇਮੀਆਂ ਗੁਰੂ ਕੇ ਸੰਗਤ ਤੁਸੀਂ ਤਾਂ ਰੱਬ ਦਾ ਰਾਹ ਛੱਡ ਕੇ ਤੇ ਕਿਸੇ ਹੋਰ ਪਾਸੇ ਹੀ ਪੈ ਗਏ, ਹੋਰ ਪਾਸੇ ਹੀ ਤੁਰ ਪਿਆ। ਜੇ ਬੰਗਾਲ ਦੀਆਂ ਬੰਗਾਲਾਂ ਕੋਲ ਗਏ ਤੇ ਉਹ ਕਦੀ ਕੇ ਘੱਟ ਸਨ। ਬੰਗਾਲ ਦਾ ਜਾਦੂ ਬੜਾ ਮੰਨਿਆ ਮਰਦਾਨਾ, ਕਹਿੰਦਾ ਭੁੱਖ ਭੁੱਖ ਲੱਗੀ ਆ, ਬਾਬਾ ਜੀ ਕਹਿੰਦਾ ਮਰਦਾਨੇ ਨਹੀਂ ਨਾ ਮਾਰਿਆ ਜਾਏਗਾ। ਇੱਥੇ ਦਾ ਜਾਦੂ, ਇੱਥੇ ਦੀਆਂ ਔਰਤਾਂ ਜਾਦੂ ਕਰਨੀਆਂ ਨਾ, ਜਾਦੂ ਕਰਨੀ ਮੈਂ ਜਾਊਂਗਾ, ਮਰਨਾ ਤਾਂ ਹੈ ਹੀ ਖਾਲਸਾ ਜੀ ਪੂਰੀ ਕਹਿੰਦੇ ਬਾਰੇ। ਜਦੋਂ ਗੁਰੂ ਦਾ ਵਚਨ ਨਹੀਂ ਮੰਨਣਾ, ਗੁਰੂ ਦਾ ਬਚਨ ਹੀ ਨਹੀਂ ਮੰਨਣਾ ਤਾਂ ਮਰਨਾ ਹੀ ਹੋਰ ਕੀ ਹੋਣਾ। ਆਖਾਂ ਨਹੀਂ ਜੀ ਮੈਂ ਜਾਊਂਗਾ, ਭੁੱਖ ਨੇ ਜ਼ੋਰ ਪਾਇਆ, ਪਾਤਸ਼ਾਹ ਦੇ ਰੋਕਦੇ ਰੋਕਦੇ ਤੁਰ ਪਿਆ, ਕਹਿੰਦਾ ਭੁੱਖੇ ਤੋਂ ਨਹੀਂ ਮਰਨਾ। 250 ਲੱਖਾਂ ਰਾਸ਼ਨ ਸੀ, ਜਦੋਂ ਜਾ ਕੇ ਨੱਕ ਜਗਾਈ ਤੇ ਜਾਦੂ ਦੀ ਰੱਸੀ ਸੱਤੀ ਮਰਦਾਨੇ ਦੇ ਘਰ ਬਗਾ ਦੇ ਗਲੇ ਚ ਬੰਗਾਲਣਾ ਨੇ ਭੇਡੂ ਬਣਾ ਲਿਆ। ਭੇਡੂ ਜਾਣਦੇ ਤੁਸੀਂ? ਭੇਡੂ ਜਾਣਦੇ ਹੀ ਭੇਡ ਭੇਡੂ ਭੇਡੂ ਬਣਾ ਕੇ ਨਾ ਮਾਫ਼ ਕਰਨਾ ਗੁਰੂ ਕਿਸੇ ਖੁੰਡੇ ਜਾਂ ਕਿਲੇ ਨਾ ਬੰਨ ਲਿਆ। ਉਹ ਤੈਨੂੰ ਪਤਾ ਹੀ ਕਰੀ ਜਦੋਂ ਮੈਂ ਕਰੀ ਗੱਲ ਕੀ ਬਣਨੀ, ਕੱਢ ਦੇ ਵਿੱਚ ਨਹੀਂ ਨਾ ਮੰਨੇ ਕਸਮ ਛੋੜ ਡੁੱਬਦੇ ਲੱਗੇ ਡੁੱਬੇ ਸੇ ਬਣ ਜਾਏ ਆ। ਸਤਿਗੁਰੂ ਹੈ ਪੋਥਾ ਬੰਦਾ ਕਿਹਨੇ ਬਿਤਾ ਰਹੇ। ਬੜਾ ਸਮਾਂ ਬੀਤ ਗਿਆ, ਬਾਲੇ ਨੇ ਆਖਿਆ ਬਾਬਾ ਜੀ ਮਰਦਾਨਾ ਨਹੀਂ ਜੇ ਮੁੜਿਆ, ਪਰ ਉਹਨੇ ਕਿਤੇ ਮੁੜਨਾ ਰੋਕਿਆ ਸੀ ਉਹਨੂੰ ਉਹਦਾ ਬਗਾਲਣਾ ਨੇ ਉਹਨੂੰ ਭੇਡੂ ਬਣਾ ਲਿਆ। ਮਾਂ ਕਰਨਾ ਗੁਰੂ ਕਿਸੇ ਭੇਡੂ ਬਣਾਉਣੇ ਤੇ ਖੂੰਟੇ ਕਿਲੇ ਨਾ ਵਧਾ ਆਇਆ ਤੇ ਬਾਲਾ ਕਹਿੰਦਾ ਗਰੀਬ ਨਵਾਜ ਤੁਸੀਂ ਹਮੇਸ਼ਾ ਹੀ ਬਖਸ਼ਿਸ਼ ਕਰਦੇ ਰਹਿੰਦੇ ਹੋ, ਜੀਵ ਤੇ ਭੁੱਲਣ ਹਾਰ ਹੈ, ਹਮਰੋ ਸੁਹਾਓ ਸਦਾ ਸਤਪੂਰਨ ਤੁਮਰੋ ਬਿਰਧ ਪਕਤ ਉਦਾਰਨ। ਸਾਡਾ ਸੁਭਾਅ ਗਰੀਬ ਨਵਾਜ ਹਮੇਸ਼ਾ ਹੀ ਗਲਤੀਆਂ ਕਰਨਾ ਤੇ ਤੁਹਾਡਾ ਤੁਹਾਡੀ ਬਖਸ਼ਿਸ਼ ਹੈ ਜਿਹੜੀ ਹਮੇਸ਼ਾ ਹੀ ਆਪਣੇ ਬਿਰਧ ਪਾਣੀ ਦੀ ਲਾਜ ਰੱਖਣੀ ਆ ਤੇ ਕਿਰਪਾ ਕਰੋ ਮਾਫ਼ ਕਰਨਾ ਗੁਰੂ ਕੀ ਸੰਗਤ ਤੇ ਉਹ ਮਰਦਾਨੇ ਨੂੰ ਬਖਸ਼ ਦਿਓ। ਗੁਰੂ ਨਾਨਕ ਜੀ ਜਦੋਂ ਗਏ ਹੁਣ ਮਰਦਾਨਾ ਗੁਰੂ ਕੀ ਸੰਗਤ ਦੂਰੋਂ ਵੇਖ ਕੇ ਹੁਣ ਸਿਆਣ ਵਾਧੇ ਆਈਏ ਤੇ ਭਾਵੇਂ ਭੇਡੂ ਬਣਾਏ ਕਿਲੇ ਨਾ ਬੰਦਾ ਬਾਬਾ ਜੀ ਵੇਖ ਕੇ ਮੈਂ ਕਰਦਾ, ਬਾਬਾ ਜੀ ਮੈਂ ਨਹੀਂ ਕਰਦਾ ਉਦੋਂ ਮੰਨ ਜਾਂਦਾ, ਉਦੋਂ ਮੰਨ ਜਾਂਦਾ ਹੁਣ ਜੋ ਮੈਂ ਕਰਦੇ, ਹੁਣ ਜੋ ਮੈਂ ਕਰਦਾ ਉਦੋਂ ਮੰਨ ਜਾਂਦਾ, ਮੰਨਿਆ ਨਹੀਂ। ਪਰ ਗੁਰੂ ਕੀ ਸੰਗਤ ਨੂੰ ਬਾਬਾ ਜੀ ਜਦੋਂ ਅੱਗੇ ਵਧੇ ਨੇ ਤੇ ਇੱਕ ਗੁਰੂ ਕੀ ਸੰਗਤ ਮਾਫ਼ ਕਰਨ ਬਗਾਲਣ ਅੱਗੇ ਵਧੀ ਲੱਗੀ ਮੱਥਾ ਰੌਣਕ ਤੋਂ ਡਾਲਣਗੀ, ਇੱਕ ਅੱਗੇ ਵਧੀ ਤਾਂ ਰੱਸੀ ਲੱਗੀ ਸੱਟਣ ਗੁਰੂ ਨਾਨਕ ਦੇ ਗਲੇ ਚ, ਬਾਬਾ ਜੀ ਨੇ ਰੱਸੀ ਫੜ ਕੇ ਉਹਦੇ ਗਲੇ ਚ ਪਾਤੀ, ਕੁੱਤੀ ਬਣਾ ਕੇ ਰੱਖ ਦਿੱਤੀ। ਖਾਲਸਾ ਜੀ ਕੋਈ ਕਹਿੰਦਾ ਲੈ ਇੱਥੇ ਇੱਥੇ ਭੌਂਕੀ ਆ। ਜਦੋਂ ਦੂਜੀ ਅੱਗੇ ਵਧੀ ਉਹਦੇ ਲੋਕਾਂ ਨੂੰ ਸਿੱਧੇ ਰਸਤੇ ਪਾਇਆ, ਮਾਫ਼ ਕਰਨਾ ਗੁਰੂ ਕੀ ਸੰਗਤ। ਜਦੋਂ ਦੂਜੀ ਅੱਗੇ ਵਧੀ
ਰੱਸੀ ਲੱਗੀ ਸੱਟਣ ਦੇ ਪਾਤਸ਼ਾਹ ਨੇ ਉਹਦੇ ਹੱਥੋਂ ਰੱਸੀ ਫੜ ਕੇ ਉਹਦੇ ਗਲੇ ਚ ਪਾ ਦਿੱਤੀ, ਗਲੀ ਬਣਾ ਗਿਆ। ਬੜਾ ਵਜਨ ਹੁੰਦਾ, ਖੈਰ ਮੈਂ ਕਰਨੀ ਹੈ ਮਹਾਂ ਚੰਦਾ। ਹੁਣ ਗੁਰੂ ਕਿਵੇਂ ਬੰਦਾ ਰਹਿਣਾ? ਸਾਰੀਆਂ ਢੈਪੀਆਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਮਰਦਾਨਾ ਉੱਤੋਂ ਅਗਲਾ ਕਰੀ ਜਾਂਦਾ, ਮੈਂ ਕਿਹੜਾ ਕੁਝ ਨੀ। ਜਦੋਂ ਉਹਦੇ ਗਲੇ ਚੋਂ ਰੱਸੀ ਮਰਦਾਨੇ ਨੂੰ ਬਾਡੇ ਨੂੰ ਆ ਕੇ ਰੱਸੀ ਦੇ ਗਲੇ ਚੋਂ ਕੱਢ, ਜਦੋਂ ਰੱਸੀ ਕਰਕੇ ਲੜਾਈ ਗੱਲਬਾਤ ਸੀਗੀ, ਜਦੋਂ ਰੱਸੀ ਗਲੇ ਦੇ ਵਿੱਚੋਂ ਕੱਢੀ ਤੇ ਬਾਬਾ ਜੀ ਕਹਿੰਦੇ, ਕਿਉਂ ਮਰਦਾਨੀ ਆ? ਅਗਲੀ ਰੂਪ ਦੇ ਵਿੱਚ ਲਿਆਂਦਾ ਇਹੋ ਜਿਹੀਆਂ ਥਾਂ ਥਾਂ ਤੇ ਜਾ ਜਾ ਕੇ ਗੁਰੂ ਬਾਬੇ ਨੇ ਸੰਸਾਰ ਦਾ ਉਧਾਰ ਕੀਤਾ। ਐਵੇਂ ਨੀ ਭਾਈ ਗੁਰਦਾਸ ਨੇ ਆਖਿਆ, ਜਿੱਥੇ ਬਾਬਾ ਪੈਰ ਤਲੇ, ਜਿੱਥੇ ਬਾਬਾ ਪੈਰ ਤਲੇ, ਜਿੱਥੇ ਬਾਬਾ ਪੈਰ ਤਲੇ। ਅਸਲੀ ਰੂਪ ਤੇ ਲਿਆਂਦਾ ਤੇ ਬਾਬਾ ਜੀ ਨੇ ਆਖਿਆ, ਸੁਣੋ ਨਾਟਕ ਚੇਟਕਣਾ ਹਰੀ ਨੂੰ ਪਾਉਂਦਾ, ਉਹਨੂੰ ਪਾਉਂਦਾ ਨਾਮ ਅਪੂਣਾ। Oh, my God.
ਮੇਰੇ ਪਿਆਰੇ ਓ ਪੰਗਾ ਨਾਲ ਪੂਰਨੀ ਤੋਂ ਬਾਬਾਵਾ ਓ ਪੰਗਾ ਨਾਲ ਆਪਣਾ ਮੇਰਾ ਉਪਦੇਸ਼ ਦਿੱਤਾ ਕਿ ਜੀਵ ਦੀ ਗਤੀ ਨਾਮ ਜਪ ਕੇ ਹੋਣੀਆਂ ਰੱਦੀਆਂ ਸਿੱਧੀਆਂ ਨਾਲ ਨਹੀਂ ਹੋਣੀ। ਜਦੋਂ ਸਿੱਧਾਂ ਦੇ ਕੋਲ ਪੁੱਜੇ ਤੇ ਬਾਬੇ ਦੀ 32 ਵਰੇ ਦੀ ਉਮਰ ਸੀ। ਸਿੱਧਾਂ ਦੀ ਬੜੀ ਤਪੱਸਿਆ, ਦੇਹ ਪਲਟਣ ਤੱਕ ਦੀਆਂ ਸ਼ਕਤੀਆਂ, ਅਣਕ ਤਪੱਸਿਆ ਕਰੇ ਹੰਕਾਰ, ਨਰਕ ਸੁਰਗ ਫਿਰ ਫਿਰ ਨਰਕਾਂ ਨੂੰ ਜਾਣਗੇ ਤੇ ਹੋਮੇ ਦੇ ਵਿੱਚ ਤੁਰੇ ਫਿਰਦੇ। ਕਹਿੰਦੇ ਜੀ ਬਾਬਾ ਜੀ ਗਏ ਸਮੇਰ ਤੇ ਪੁੱਜੇ ਨੇ ਸਮੇਰ ਤੇ, ਅੱਗੇ ਗੁਰੂ ਕੀ ਸੰਗਤ ਗੋਰਖਨਾਥ ਮਿਸ਼ੰਦਰ ਨਾਥ ਵਰਗੇ ਵੱਡੇ ਵੱਡੇ ਸਤਸੰਗ ਜਿਵੇਂ ਅੱਜ ਕੱਲ੍ਹ ਖਿੱਚੀ ਜਾਂਦੇ ਨੇ, ਆਂਦੇ ਸਾਡੇ ਧਰਮ ਚ ਆ ਜਾਓ। ਇੱਕ ਵਾਰੀ ਕਹਿ ਦਿਓ ਸਾਡੇ ਧਰਮ ਚ ਆ ਜਾਓ, ਧਰਮ ਚ ਮੁਕਤੀ ਦਾ ਸਰਟੀਫਿਕੇਟ ਦੇ ਦਿਆਂਗੇ ਤੈਨੂੰ, ਸਿੱਧਾ ਹੀ ਸੱਚਖੰਡ ਜਾਏਗਾ। ਦੱਸ ਮੁਕਤੀ ਕਿਤੇ ਗੱਲਾਂ ਨਾ ਹੁੰਦੀ ਬਾਬਾ, ਗੱਲੀ ਗਿਆਨ ਨਾ ਹੋਏ। ਜਦੋਂ ਸਿੱਧਾ ਨੇ ਵੇਖਿਆ ਵੀ ਇਹ ਬਾਲਕਾ ਕਰਕੇ ਜਨਮ ਸਾਖੀ ਚ ਦੱਸਿਆ, ਗੱਲ ਜਾਂ ਗੁਰੂ ਨਾਨਕ ਦੀ ਗੱਲ ਜਾਂ ਗੁਰੂ ਗੋਬਿੰਦ ਸਿੰਘ ਦੀ ਗੱਲ ਜਾਂ ਗੁਰੂ ਹਰਗੋਬਿੰਦ ਸਮਰ ਦੀ ਆ, ਸਮਝ ਲਓ ਵੀ ਦਸਾਂ ਸਰੂਪਾਂ ਦੇ ਵਿੱਚੋਂ ਕਿਸੇ ਸਰੂਪ ਦੀ ਗੱਲ ਕਰਨੀ ਹੈ, ਗੱਲ ਗੁਰੂ ਨਾਨਕ ਦੀ ਹੈ। ਗੱਲ ਤਾਂ ਜੀ ਮੇਰੀ ਕਹਿ ਦਿਓ, ਇੱਕ ਵਾਰੀ ਫੇਰ ਕਹਿ ਦਿਓ ਮਾਇਆ ਨੂੰ, ਬਾਣੀ ਭਾਵੇਂ ਗੁਰੂ ਨਾਨਕ ਸਾਹਿਬ ਦੀ ਹੈ, ਬਾਣੀ ਭਾਵੇਂ ਤੁਹਾਨੂੰ ਅੰਗ ਦੇ ਮਰ ਦੀ ਹੈ, ਬਾਣੀ ਭਾਵੇਂ ਤੀਸਰੇ ਪਾਤਸ਼ਾਹ ਦੀ ਹੈ, ਬਾਣੀ ਭਾਵੇਂ ਚੌਥੇ ਪਾਤਸ਼ਾਹ ਨੂੰ ਉਚਾਰਨ ਕੀਤੀ, ਬਾਣੀ ਭਾਵੇਂ ਪੰਜਵੇਂ ਪਾਤਸ਼ਾਹ ਨੂੰ ਉਚਾਰਨ ਕੀਤੀ ਆ। ਜੇਕਰ ਕਿਸੇ ਕਵੀ ਦੀ ਰਚਨਾ ਹੋਵੇ ਨਾ, ਕੋਈ ਕਵਿਤਾ ਹੋਵੇ, ਅਖੀਰ ਦੇ ਆਪਣਾ ਨਾਮ ਲਿਖ ਦਿੰਦਾ, ਅਖੀਰ ਉਹਦਾ ਨਾਮ ਲਿਖਿਆ ਹੁੰਦਾ, ਜਾਂ ਕੋਈ ਆ ਜਿਹੜੇ ਗਾਣੇ ਗੁਣੇ ਗਾਉਂਦੇ ਨੇ ਲੋਕੀ, ਇਹਨਾਂ ਗਾਣਿਆਂ ਦੇ ਅਖੀਰ ਦੇ ਵਿੱਚ ਨਾ ਉਹ ਗਾਣੇ ਲਿਖਣ ਵਾਲੇ ਲਿਖਾਰੀ ਦਾ ਨਾਂ ਹੁੰਦਾ, ਪਰ ਬਾਬੇ ਨਾਨਕ ਦੀ ਬਾਣੀ ਦੇ ਵਿੱਚ ਜਿੱਥੇ ਵੀ ਨਾ ਗੁਰੂ ਨਾਨਕ ਦਾ ਨਾਮ ਹੈ, ਕਦੀ ਕਹਿ ਦਿੰਦਾ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਦੀ ਨਾ ਸਿਰਫ ਗੁਰੂ ਨਾਨਕ ਦਾ ਕਿਉਂ ਮੰਨਿਆ, ਕਿਉਂਕਿ ਦਸਾਂ ਸਰੂਪਾਂ ਚ ਗੁਰੂ ਨਾਨਕ ਇੱਕੋ ਹੀ, ਗੁਰੂ ਨਾਨਕ ਇੱਕ ਸੀ, ਗੁਰੂ ਨਾਨਕ ਦੀ ਜੋਤ ਇੱਕ ਸੀ, ਸਰੂਪ ਦਸਾਂ ਪਰ ਦਸਾਂ ਸਰੂਪਾਂ ਦੇ ਵਿੱਚ ਇੱਕ ਨਿਰੰਕਾਰ ਦੀ ਜੋਤ ਨੇ ਵਿਚਰ ਕੇ ਸੰਸਾਰ ਦਾ ਆਧਾਰ ਕੀਤਾ। ਤਦੇ ਨਾ ਤਦੇ ਕਿਹਾ ਨਾ ਸਾਰੀਆਂ ਰੰਗਾਂ ਦੇ ਵਿੱਚ ਖੇਡਦਾ ਆਪੇ ਪਿਆਰਾ ਇੱਕ ਰੰਗ ਹੈ, ਆਪੇ ਚਲਾ ਇੱਕ ਰੰਗ ਹੈ, ਆਪੇ ਚਲਾ ਇੱਕ ਰੰਗ ਹੈ, ਆਪੇ ਚਲਾ ਇੱਕ ਰੰਗ ਹੈ।
Yeah.
ਪਾਲ ਕੇ ਤੈਨੂੰ ਪਾਲ ਓ ਮੁੰਡਾ
ਕੋਟ ਸ਼ਰਮ ਪਤ ਟੋਲੀ ਧਿਆਨ ਕੀ ਕਰੇ। ਇਹ ਬਾਣੀ ਉੱਥੇ ਉਚਾਰਨ ਕੀਤੀ ਸਤਾ, ਅਸੀਂ ਮੁੰਦਰਾਂ ਪਾਈਆਂ ਨੇ, ਕੰਨ ਪਾੜ ਕੇ ਦੋਹੇ ਪਿੱਤਲ ਦਾ, ਕਾਂਸੀ ਤਾਂਬੇ ਦੀਆਂ, ਅਸੀਂ ਮੁੰਦਾਂ ਨੀ ਪਾਈਆਂ। ਆਖਿਆ ਕਿਹੜੀਆਂ ਮੁੰਦਾਂ ਧਾਰ ਕੀ ਜਾ ਬਾਬੇ ਨਾਨਕੇ ਨੇ? ਆਖਿਆ ਸੰਤੋਖ ਰੂਪੀ ਮੁੰਦਰਾਂ। ਪੁੱਤਰੇ ਮੰਦੀ ਭੁੱਖ ਦੇ ਤੇ ਨੰਦਨ ਸੁਖੀਆ, ਪੁੱਤਰੇ ਮੰਦੀ ਭੁੱਖ ਦੇ ਤੇ ਨੰਦਨ ਸੁਖੀਆ, ਪੁੱਤਰੇ ਮੰਦੀ ਭੁੱਖ ਦੇ ਤੇ ਨੰਦਨ ਸੁਖੀਆ, ਪੁੱਤਰੇ ਮੰਦੀ ਭੁੱਖ ਦੇ ਤੇ ਨੰਦਨ ਸੁਖੀਆ। ਸੰਤੋਖ ਰੂਪੀ ਮੁੰਦਰਾਂ ਧਾਰਨ ਕੀਤੀਆਂ ਨੇ ਅਸੀਂ। ਮੰਦਾ ਸੰਤੋਖ ਇਹਨੂੰ ਆਖਿਓ, ਫਿਰ ਝੋਲੀ ਧਾਰਨ ਕਰ ਲਓ। ਪਾਤਸ਼ਾਹ ਕਹਿੰਦਾ ਸੀ ਝੋਲੀ ਵੀ ਧਾਰਨ ਕੀਤੀ ਆ, ਜਿਵੇਂ ਗੱਲ ਝੋਲੀ ਪਾਈ ਹੁੰਦੀ ਆ ਵਿੱਚ। ਉਹਨਾਂ ਆਖਿਆ ਜੀ ਕਿਹੜੀ ਝੋਲੀ ਧਾਰਨ ਕੀਤੀ ਆ? ਪਾਤਸ਼ਾਹ ਕਹਿੰਦੇ ਮਾੜੇ ਕਰਮਾਂ ਤੋਂ ਸ਼ਰਮ ਕਰਨਾ, ਬਚ ਕੇ ਰਹਿਣਾ। ਮੁੰਡਾ ਸੰਤੋਖ ਸ਼ਰਮ ਪੱਤ, ਝੋਲੀ ਕਹਿੰਦਾ ਫਿਰ ਭਭੂਤੀ ਮੰਨ ਲਾ। ਪਾਤਸ਼ਾਹ ਕਹਿੰਦਾ ਸੀ ਭਭੂਤੀ ਵੀ ਮਣੀ ਆ, ਕਹਿੰਦੇ ਨਜ਼ਰ ਨੀ ਆਉਂਦੀ। ਪਾਤਸ਼ਾਹ ਕਹਿੰਦੇ ਸਵਾਹ ਨੀ ਮਣੀ ਸਰੀਰ ਦੇ ਉੱਤੇ, ਆ ਸਵਾਹ ਖੇ ਮਣ ਕੇ ਸਰੀਰ ਨੂੰ ਬਰਬਾਦ ਨਹੀਂ ਕਰ ਰਿਹਾ। ਪਰਮੇਸ਼ਰ ਦੇ ਚਰਨਾਂ ਦਾ ਧਿਆਨ ਜੋੜਨਾ, ਇਹ ਅਸੀਂ ਭਭੂਤੀ, ਇਹ ਭਭੂਤੀ ਧਾਰਨ ਕੀਤੀ ਹੈ। ਮੁੰਡਾ ਸੰਤੋਖ ਸ਼ਰਮ ਪਰ ਝੋਲੀ ਧਿਆਨ ਕੀ ਕਰਾਂ ਭਭੂਤ, ਡੰਡਾ ਡੁੰਡਾ ਰੱਖਦੇ ਨੇ ਹੱਥ ਛਦਾਈਆਂ ਛਦੂਈਆਂ ਘੋਟ ਕੇ ਪੀਂਦੇ ਦੇਖਿਆ ਦਾਸੀ ਸੁਨਿਆਸੀ ਮਤ ਵਾਲੇ। ਕਹਿੰਦਾ ਫਿਰ ਡੰਡਾ ਵੀ ਧਾਰਨ ਕਰ ਲਓ। ਪਾਤਸ਼ਾਹ ਕਹਿੰਦਾ ਜੀ ਡੰਡਾ ਧਾਰਨ ਕੀਤਾ, ਆਹ ਡੰਡਾ ਦੀ ਧਾਰਨ ਕੀਤਾ ਕਿਹੜਾ? ਜੁੱਤੀ ਦਾ ਡੰਡਾ ਫੜਿਆ ਸਤਿਗੁਰੂ ਨਾਨਕ ਨੇ, ਜੁੱਤੀ ਦਾ ਡੰਡਾ ਫੜਿਆ ਬਾਬੇ ਨਾਨਕ ਨੇ, ਜੁੱਤੀ ਦਾ ਡੰਡਾ ਫੜਿਆ ਬਾਬੇ ਨਾਨਕ ਨੇ, ਜੁੱਤੀ ਦਾ ਡੰਡਾ ਫੜਿਆ ਬਾਬੇ ਨਾਨਕ ਨੇ, ਜੁੱਤੀ ਦਾ ਡੰਡਾ ਫੜਿਆ ਸਤਿਗੁਰੂ ਨਾਨਕ ਨੇ, ਜੁੱਤੀ ਦਾ ਡੰਡਾ ਫੜਿਆ ਬਾਬੇ ਨਾਨਕ ਨੇ। ਕਿੱਥੋਂ ਬਾਣੀਆਂ ਦੇ ਕੋਲ ਬੱਕਰੀ ਸੀ, ਬੱਕਰੀ ਦਾ ਸੁਭਾਅ ਇੱਕ ਪਾਸੇ ਖਾਈ ਜਾਣਾ ਤੇ ਦੂਜੇ ਪਾਸੇ ਨਿੰਗਣਾ ਕਰੀ ਜਾਣੀ, ਮਨ ਦਾ ਸੁਭਾਅ ਵੀ ਹੈ। ਇੱਕ ਫੁਰਨਾ ਪੂਰਾ ਨਹੀਂ ਹੁੰਦਾ ਤੇ ਦੁੱਧਾ ਸ਼ੁਰੂ ਹੋ ਜਾਂਦਾ। ਪਾਣੀਆਂ ਕਹਿੰਦਾ ਨਾ ਮੇਰੀ ਬੱਕਰੀ ਨੂੰ ਰੁਝਾ ਦੂਗਾ। ਉਹਦੇ ਪਾਤਸ਼ਾਹ ਨੂੰ ਦੱਸਿਆ ਨਾ ਬਿਨਾਂ ਸੰਤੋਖ ਨਹੀਂ ਪਰ ਰਾਜਾ ਸੁਪਨ ਮਨੋਰਥ ਦਿੱਤੇ ਸਭ। ਉਹਨੇ ਆਖਿਆ ਨਾ ਮੇਰੀ ਬੱਕਰੀ ਨੂੰ ਰੁਝਾ ਦੂਗਾ, ਉਹਨੂੰ 10,000 ਰੁਪਇਆ ਨਾਮ ਲਾਊਂਗਾ। ਕਦੇ ਕਿਸੇ ਨੇ ਬੱਕਰੀ ਲੈ ਜਾਣੀ ਬਾਣੀਆਂ ਪਾਸੋਂ ਚੰਗਾ ਚੰਗਾ ਘਾਹ ਖਵਾਉਣਾ ਰਜਾਉਣੀ। ਜਦੋਂ ਬੱਕਰੀ ਸ਼ਾਮ ਦੇ ਸਮੇਂ
ਬਾਣੀਆਂ ਕੋ ਲੈ ਕੇ ਆਉਣੀ ਵਾਪਸ ਤਾਂ ਬਾਣੀਆਂ ਦੇ ਹਰਾ ਘਾਹ ਖੋਦ ਕੇ ਲਿਆ ਕੇ ਨਾ ਬਾਗ ਦੇ ਵਿੱਚ ਰੱਖਣਾ ਤੇ ਬੱਕਰੀ ਨੂੰ ਦਿਖਾਉਣਾ ਤੇ ਬੱਕਰੀਆਂ ਫਿਰ ਮੂੰਹ ਪਾਉਣ ਲੱਗ ਜਾਣ। ਇੱਕ ਜੱਟ ਲੱਗਾ ਕਿ ਸ਼ਾਹ ਦੀ ਸੱਤ ਨਾਲ ਬੱਕਰੀ ਜਰਾ ਮੈਨੂੰ ਦੇ ਦੇ ਤੇ ਬੱਕਰੀ ਘਾਹ ਖਾ ਦੇ ਫਿਰ ਆਪਾਂ ਵੀ ਕੱਲ ਨੂੰ ਜੰਮਣਾ। ਉਹ ਕਹਿੰਦਾ ਲੱਗਦਾ ਸੀ ਜੱਟ ਲੈ ਕੇ ਬੱਕਰੀ ਬਾਣੀਆਂ ਪਾਸੋਂ ਘਰ ਨੂੰ ਆ ਗਿਆ ਘਾਹ ਲਿਆ ਕੇ ਘਰ ਦੇ ਡੰਡਾ ਫੜ ਲਿਆ ਤੇ ਘਰ ਦੇ ਘਾਹ ਫੜ ਲਿਆ ਬੱਕਰੀ ਨੂੰ ਖਾਂਦਾ ਘਾਹ ਦੇ ਦਾਲ ਬੱਕਰੀ ਪਾਉਂਦੀ ਮੂੰਹ ਪਾਉਂਦੀ ਮੂੰਹ ਜੱਟ ਦਾਲ ਮਾਰਦਾ ਖਿੱਚ ਕੇ ਦੋ ਡੰਡੇ ਦੇ ਮੂੰਹ ਤੇ ਬੱਕਰੀ ਗੱਡ ਕੇ ਖਾਲਸਾ ਦੀ ਉਹ ਸਤਵਾਂ ਦਿਨ ਆ ਗਿਆ ਬੱਕਰੀ ਦਾ ਧਿਆਨ ਹੁਣ ਡੰਡਾ ਹੀ ਰਹਿ ਗਿਆ ਘਾਹ ਘੂਰੀ ਖਾਂਦੀ ਹੈ। ਸ਼ਬਦ ਬੁਲਾਉਂਦਾ ਖੋਲਦਾ ਤਲਵਾਰ ਦੇ ਭਜਣਾਂ ਪਰਮੇਸ਼ਰ ਦਾ ਨਾਮ ਨਹੀਂ ਜਪ ਸਕਦਾ ਖਾਲਸਾ ਜੀ ਇੱਕ ਤਰੀਕੇ ਦੇ ਮਾਰਗ
ਭੈਣ ਭਾਵੀ ਉਪਜਾ ਭਾਵਨ ਭਗਤ ਨਾ ਹੋਵਾ ਤੇਰੀ ਪ੍ਰੇਮ ਨੀ ਪੈਦਾ ਹੁੰਦਾ ਪ੍ਰੇਮ ਤੋਂ ਬਿਨਾਂ ਪਰਮੇਸ਼ਰ ਦੀ ਭਗਤੀ ਨਹੀਂ ਹੁੰਦੀ ਬਾਬੇ ਨੇ ਆਖਿਆ ਝੂਟੀ ਦਾ ਡੰਡਾ ਫੜਿਆ ਝੂਟੀ ਦਾ ਡੰਡਾ ਫੜਿਆ ਬਾਬੇ 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 ਕੋਈ ਕਹਿੰਦਾ ਸੀ ਫਲਾਣੇ ਪੰਥੀ ਆ ਬਾਬੇ ਨਾਨਕ ਨੇ ਆਖਿਆ ਮੇਰਾ ਪੰਥ ਇਹਨਾਂ ਜਮਾਤਾਂ ਦੇ ਪੰਥਾਂ ਤੋਂ ਪਰੇ ਹੈ। ਸਿੱਧਾਂ ਨੇ ਆਖਿਆ ਜੀ ਤੁਹਾਡਾ ਪੰਥ ਕੀ ਆ? ਮੇਰਾ ਪੰਥ ਸ਼ਰੀਰ ਤੇ ਸਵਾ ਮੰਨਣੀ ਨਹੀਂ, ਮੇਰਾ ਪੰਥ ਝੋਲੀ ਧਾਰਨ ਕਰਨਾ ਨੀ, ਕਰ ਪਾਲ ਕੇ ਪਾਉਣੀਆਂ ਨੀ, ਮੇਰਾ ਪੰਥ ਗਰੀਬ ਚਿੰਨਾ ਭਰ ਕੇ ਲਿਆ
ਸਰਹੰਦ ਦੇ ਖੂਨੀ ਦੁਆਰ ਵਿੱਚ ਸੱਤ ਦਾ ਨੌ ਸਾਲ ਦਾ ਮਸੂਮਾ ਨੇ ਆਪਣੀਆਂ ਜਾਨਾਂ ਦੇ ਖੇਡ ਕੇ ਸਮੇਂ ਦੀ ਘੁੰਮਤ ਨੂੰ ਦੱਸ ਦਿੱਤਾ ਸੀ। ਉਹ ਧਰਮ ਕਿਤੇ ਜੀ ਰਹੀਆਂ, ਧਰਮ ਕਿਤੇ ਜਗੀਰਾਂ, ਉਹ ਧਰਮ ਕਿਤੇ ਸ਼ਾਹੀ ਘਰਾਣੇ ਦੀਆਂ ਲੜਕੀਆਂ ਦੇ ਜੋੜਿਆਂ ਦੇ ਲਾਲਚ ਦੇ ਕੇ ਧਰਮ ਖਰੀਦਿਆ ਨਹੀਂ ਜਾ ਸਕਦਾ। ਧਰਮ ਧਰਮ ਰਹਿੰਦਾ, ਧਰਮ ਖਰੀਦੀ ਜਾਣ ਵਾਲੀ ਚੀਜ਼ ਨਹੀਂ, ਧਰਮ ਤੇ ਕਮਾਈ ਜਾਣ ਵਾਲੀ ਚੀਜ਼ ਹੈ। ਭਰੀ ਕਹਿੰਦੇ ਵਾਰ ਜਪ ਤਪ ਸੰਜਮ ਧਰਮ ਨਾ ਸੇਵਾ ਸਾਧ ਮੈਂ ਜਾਂਦੀ ਹਾਂ। ਉਹ ਨਾਨਕ ਨੀਚ ਕਰਮਾ ਸਰਨ ਪਰੇ ਕੀ ਰੱਖੋ। ਸੁਲਤਾਨ ਨੇ ਆਖਿਆ ਜਾ ਬਾਬਾ ਇੱਕ ਬਾਲਕ ਆ ਕੇ ਜਾਂਦਾ ਕਟੋਰਾ ਗੜਵਾ ਭਰ ਕੇ ਲਿਆ, ਬਾਬਾ ਆਇਆ ਪਾਣੀ ਏ। ਭਾਈ ਗੁਰਦਾਸ ਜੀ ਨੂੰ ਦੱਸਿਆ ਜਦੋਂ ਬਾਬਾ ਜੀ ਪਾਣੀ ਲੈਣ ਗਏ ਤੇ ਸਰੋਵਰ ਸਾਰਾ ਹੀਰਿਆਂ ਦੇ ਲਾਲਾਂ ਦਾ ਭਰਿਆ ਭਰਿਆ ਪਿਆ ਦਿਖਾ ਤਾ ਸਿੱਧਾ। ਬਾਬਾ ਜੀ ਬਹੁਤ ਸੁਣ ਕੇ ਆ ਗਏ, ਮੁੜ ਕੇ ਅੱਜ ਸਤਾਂ ਨੇ ਆਖਿਆ ਬਾਲਕਾ ਪਾਣੀ ਨਹੀਂ ਲਿਆ ਕੇ ਆਇਆ। ਬਾਬਾ ਜੀ ਕਹਿੰਦੇ ਪਾਣੀ ਕੀ ਲਿਆਉਣਾ ਸੀ? ਆਖਿਆ ਕੀ ਵੇਖਿਆ ਤੂੰ? ਬਾਬਾ ਜੀ ਕਹਿੰਦਾ ਇਹ ਕੰਮ ਤੱਕ ਮੈਦਾਨੀ ਵੀ ਕਰ ਲੈਂਦਾ ਇੱਕ ਤਰੀਕਾ ਦੇ ਬਹਿਰੂ, ਇਹ ਕੰਮ ਤੱਕ ਜਾਦੂਗਰ ਵੀ ਕਰ ਲੈਂਦਾ। ਉਹ ਜਿਹੜੀ ਤੁਸੀਂ ਥੋੜੀ ਬਹੁਤੀ ਤਪੱਸਿਆ ਕੀਤੀ ਆ ਆਖਿਆ ਸਤਾਂ ਨੂੰ ਸ਼ਕਤੀਆਂ ਤੋਂ ਤੁਸੀਂ ਥੋੜੀ ਜਿਹੀ ਤਪੱਸਿਆ ਕੀਤੀ ਆ, ਉਹ ਸਰੋਵਰ ਦੇ ਵਿੱਚੋਂ ਸ਼ਕਤੀਆਂ ਨੇ ਹੋਰ ਕੁਛ ਬਣੀ। ਇਹਨੂੰ ਵੇਖਿਆ ਵੀ ਬਾਬਾ ਸਾਡੇ ਧਰਮ ਨੂੰ ਧਾਰਨ ਹੀ ਨਹੀਂ ਕਰਦਾ, ਸਾਡੇ ਧਰਮ ਨੂੰ ਧਾਰਨ ਹੀ ਕਰਦਾ, ਕੀ ਕੀਤਾ ਜਾਏ? ਉਹ ਸਭਾ ਨੇ ਢਿੱਡਾਂ ਦੇ ਹੱਥ ਮਾਰ ਕੇ ਬਾਲਕਾ ਆਪਣੀ ਖਵਾ। ਬਾਬਾ ਜੀ ਕਹਿੰਦੇ ਬਹਿ ਜਾਓ। ਜਸ ਟੋੜੀਆਂ ਇੰਦਰ ਦੀਆਂ ਪਰੀਆਂ ਸਵਰ ਤੋਂ ਸੰਦੇ ਦੇ, ਟੋੜੀਆਂ ਇੰਦਰ ਦੀਆਂ ਪਰੀਆਂ ਸਵਰ ਤੋਂ ਸੰਦੇ ਦੇ, ਜਸ ਟੋੜੀਆਂ ਇੰਦਰ ਦੀਆਂ ਪਰੀਆਂ ਸਵਰ ਤੋਂ ਸੰਦੇ ਦੇ, ਜਸ ਟੋੜੀਆਂ ਇੰਦਰ ਦੀਆਂ ਪਰੀਆਂ
ਜ਼ਿੰਦਗੀ ਚ ਇੱਕ ਵਾਰੀ ਗੁਰੂ ਨਾਨਕ ਦਾ ਨਾਮ ਵੀ ਨਿਕਲ ਗਿਆ ਬੇਟਾ, ਉਹਦਾ ਵੀ ਪਾਰ ਹੋ ਜੂਗਾ ਖਾਲਸਾ ਜੀ। ਗੁਰੂ ਨਾਨਕ ਜੀ ਨੂੰ ਸੁਣਿਆ ਵੇਖਿਆ, ਜਿਹਨਾਂ ਗੁਰੂ ਨਾਨਕ ਦਾ ਨਾਂ ਸੁਣ ਲਿਆ, ਜਿਹਨਾਂ ਗੁਰੂ ਨਾਨਕ ਦਾ ਨਾਂ ਸੁਣ ਲਿਆ, ਜਿਹਨੇ ਗੁਰੂ ਨਾਨਕ ਦਾ ਦਰਸ਼ਨ ਕਰ ਲਿਆ, ਜਿਹਨੇ ਗੁਰੂ ਨਾਨਕ ਨੂੰ ਧੰਨ ਕਹਿ ਦਿੱਤਾ। ਆਉਂਦਾ ਬੰਦੇ ਨੇ ਜੰਮ ਨਹੀਂ ਜਾ ਸਕਦਾ, ਜਿਹਨੇ ਤੁਧ ਨੂੰ ਧੰਨ ਕਿਹਾ ਤਿੰਨ ਜੰਮ। ਹਾਂਜੀ ਆਪਣੇ ਦੋ ਪੁੱਤਰ ਚਾਰ ਭਰਾ 500 ਮਰੀਦ ਗੁਰੂ ਗੋਬਿੰਦ ਸਿੰਘ ਤੋਂ ਕੁਰਬਾਨ ਕੀਤਾ। ਬਾਬਾ ਜੀ ਨੂੰ ਕਹਿੰਦਾ ਸਿਖਾਓ, ਬਾਬਾ ਜੀ ਕਹਿੰਦੇ ਬੈਠੋ ਜਰਾ। ਔਰ ਜੰਗਲਵਾਲ ਤੁਰੇ ਜਾਂਦੇ ਨੇ, ਸਵੇਰ ਤੇ ਜੰਗਲ ਬੜਾ ਸੀ। ਕਹਿੰਦਾ ਸੋਚਿਆ ਕੋਈ ਜੰਗਲੀ ਫਰੂਟ ਲੈ ਕੇ ਆਉਣਗੇ, ਫਲ ਲੈ ਕੇ ਆਉਣਗੇ, ਤੇ ਹਾਂ ਪਲਟਣੀਆਂ ਤੇ ਮੂੰਹ ਚ ਦੰਦ ਨਹੀਂ, ਮੜੁਕੜੇ ਜੇ ਮੜੁਕੜੇ ਜੇ ਹੋ ਗਏ ਸੜੀਆਂ ਜੇ, ਜਿਵੇਂ ਸਮੇਂ ਦੇ ਮਰੀਜ਼ ਹੁੰਦੇ ਨੇ। ਮਰਦਾਨਾ ਦਾ ਬਾਲੇ ਕਿਹੋ ਜਿਹੇ ਬਣ ਗਏ, ਬਾਲਾ ਦਾ ਮਰਦਾਨਿਆ ਫਿਕਰ ਨਾ ਕਰ। ਤੂੰ ਜਾਣੇ ਕਰਤਾ ਤੇਰੀਆਂ, ਤੂੰ ਜਾਣੇ, ਤੂੰ ਜਾਣੇ ਕਰਤਾ ਤੇਰੀਆਂ, ਤੂੰ ਜਾਣੇ ਕਿਸੇ ਨੂੰ ਕਹਿਣ ਦੀ ਲੋੜ ਹੈ ਵੀ ਚੀਫ ਮਿਨਿਸਟਰ ਨੂੰ ਬੁਲਾਓ।
ਲੋੜ ਹੈ ਕਿਸੇ ਨੂੰ ਕਹਿਣ ਦੀ ਕਿ ਕਿਸੇ ਵੱਡੇ ਵੱਡੇ ਅਫਸਰਾਂ ਨੂੰ ਬੁਲਾਓ। ਮਾਫ ਕਰਨਾ ਬਾਬਾ ਜੀ ਨੇ ਸਾਰੇ ਦੇਵਤੇ ਇਕੱਠੇ ਕਰ ਲੈ ਪੰਚ ਕੜਾ ਪ੍ਰਸ਼ਾਦ ਦੀ ਦੇਖਦੀ ਅਸੀਂ ਅਰਦਾਸ ਕਰਦੇ ਹਾਂ। ਇੱਕ ਦੇਵਤਾ ਰਥ ਲੈ ਕੇ ਆਇਆ ਬਰਮਾ ਵਿਸ਼ਨੂੰ ਸ਼ਿਵ ਦੇ ਸਾਰੇ ਕਿਉਂ ਮੈਂ ਤੁਹਾਨੂੰ ਪੌਣ ਪਾਣੀ ਨਰਮ ਨਰਮ ਇੱਕ ਜੀ ਕਰਕੇ ਤਿਆਰ ਦੇ ਸਭਾ ਨੂੰ ਬੁਰਾ ਕਿਉਂ ਹੱਥ ਨੀ ਖਾਧੇ ਜਾਣੇ ਸੋਚਿਆ ਕਰੇ ਇਹ ਫਾਲੀ ਹੋਣਗੇ। ਬਾਬਾ ਜੀ ਨੇ ਆਖਿਆ ਪੰਤਾਂ ਲਾਓ ਪੰਤਾਂ ਜਦੋਂ ਪੰਤਾਂ ਲਾਈਆਂ ਗਈਆਂ ਤੇਗ ਭਰ ਭਰ ਕੇ ਕੌਣ ਨਹੀਂ ਤੁਹਾਨੂੰ ਅੱਗੇ ਰੱਖੇ ਨੇ ਇੱਕ ਦੂਜੇ ਨੂੰ ਵੇਚਦੇ ਨੇ ਬਈ ਲੱਗਦਾ ਬਈ ਇਹਨਾਂ ਨੂੰ ਸਾਡੀ ਕਿਸੇ ਨੇ ਸੀ ਆਈ ਡੀ ਦੇ ਦਿੱਤੀ ਵੀ ਆਪ ਲੁਪੜੇ ਜਿਹੇ ਹੋ ਕੇ ਬਹਿ ਗਏ। ਕਈ ਕਹਿੰਦਾ ਸੀ ਆਈ ਡੀ ਕਹਿੰਦਾ ਦੇਣੀ ਸੀ ਦੋ ਸਾਥੀ ਨੇ ਸਾਡੇ ਕੋਲ ਬੈਠੇ ਨੇ ਉਹਨਾਂ ਫਿਰ ਵੀ ਆਖਿਆ ਕਰੋ ਦੇਖ ਤੇ ਮੂੰਹ ਚ ਪਾੜੋ ਪਰ ਅੱਗੇ ਨਾ ਜਾਣ ਦੇ ਤੁਹਾਡਾ ਬਾਪ ਹੀ ਨੀ ਰੋਕ ਸਕਦਾ ਤੁਸੀਂ ਸਮਝਦੇ ਕੀ ਆ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਸਮਝਦਾ ਕੀ ਆ ਜਿਹੜਾ ਗੁਰੂ ਨਾਨਕ ਦੀ ਰੀਸ ਕਰੂੰਗਾ ਮਾਰਿਆ ਜਾਊਗਾ ਮਰੇ ਨੀ ਭਾਈ ਕਿੱਥੇ ਗਏ ਬਾਬਾ ਬਕਾਲੇ ਧਰਤੀ ਤੇ ਬੈਠੇ ਭਾਈ ਕਿੱਥੇ ਗਏ ਕਦੋਂ ਕੌਲ ਭਰ ਭਰ ਕੇ ਦੇਖ ਕੇ ਦਿੱਤੇ ਗਏ ਸਿੱਧ ਪਾਉਂਦੇ ਨੇ ਮੂੰਹ ਚ ਦੇਖ ਬਥੇਰੀ ਰੋਕਦੇ ਨੇ ਕੜਾਮ ਥੱਲੇ ਮਾਫ ਕਰਨਾ ਚਾਈ ਦੇ ਪਾਇਓ ਸੀ ਬਾਬੇ ਦੇ ਚਰਨਾਂ ਦੀ ਭੈ ਪੈਂਦਾ ਹੋ ਮੈਂ ਕਾਲ ਕੀ ਕੋਣਾਂ ਦਾ ਮਾਲ ਤੈ ਗਿਆ ਮੁਖੋ ਬੰਦੇ ਹੋ ਮੈਂ ਕਾਲ ਕੀ ਕੋਣਾਂ ਦਾ ਮਾਲ ਆਨਾ ਮੁਖ ਬੰਦੇ ਆ ਮੁਖੋ ਬੰਦੇ ਆ ਕਿੱਥਾ ਬੰਦਾ ਬਣਦਾ ਸੁੱਧ ਚੜਿਆ ਧਰਤ ਲੁਕਾਈ ਸਦਾ ਨੇ ਆਖਿਆ ਚੰਗਾ ਫਲ ਸਾਨੂੰ ਫੜ ਲਓ
ਹੈਰਾਨੀ ਸ਼ਕਤੀ ਰੱਖਣ ਵਾਲੇ ਸਭ ਤੋਂ ਨਜ਼ਰਾਂ ਮਾਰੀਆਂ ਕਾ ਲਾ ਕੇ ਰਹਤੀ ਹੈ, ਤੂਫਾਨ ਲਾ ਕੇ ਰਹਾ ਦਿੱਤਾ, ਪਹਾੜ ਲਾ ਕੇ ਰਹਾ ਦਿੱਤਾ, ਐਡੀਆਂ ਐਡੀਆਂ ਸ਼ਕਤੀਆਂ ਰੱਖਣ ਵਾਲੇ ਸਿੱਧ ਰੱਪੜੋ ਜੀ ਕਿਉਂ ਬਾਬਾ ਜੀ ਕਹਿੰਦਾ ਮਰਦਾਨੀਆ ਘਬਰਾਣਾ ਤਾਂ ਸਿਰ ਤੇ ਡਾਢੇ ਦਾ ਪਰ ਸਭ ਤਾਂ ਬਾਦਸ਼ਾਹ ਪਾ ਰਹੀਆਂ ਨੇ ਗੜੋ ਮਾਲ ਹੁੰਦੀ ਮਰਦਾਨਾ ਕਹਿੰਦਾ ਕਿਲੋ ਕਿਲੋ ਦੇ ਗੜੇ ਡਿੱਗਦੇ ਸਿਰ ਤੇ ਪੈ ਗਿਆ ਉਹ ਸਿਰ ਫੜ ਜੂਗਾ ਬਾਬਾ ਜੀ ਕਹਿੰਦਾ ਮਰਦਾਨੀਆ ਸ਼ਕਤੀਆਂ ਦੀ ਤੇਰਾ ਮਰਦਾਂ ਦੀ ਬਾਹ ਨਾ ਗਈ ਸਾਡਾ ਕਾਸ਼ ਨੂੰ ਉੱਡਿਆ ਨਾ ਫਿਰ ਜਿਵੇਂ ਪੰਛੀ ਉੱਡਦੇ ਨੇ ਬਾਬੇ ਨਾਨਕ ਨੂੰ ਕਹਿੰਦਾ ਫੜ ਲਓ ਵੇਖੀਏ ਸਾਡੀਆਂ ਸ਼ਕਤੀਆਂ ਫੜ ਲਓ ਸਾਨੂੰ ਅੱਜ ਨਹੀਂ ਉੱਡ ਕੇ ਕਾਸ਼ ਨੂੰ ਮਰਦਾਨਾ ਉਹਦਾ ਬਾਬਾ ਜੀ ਉਹਦਾ ਬਣੀਆਂ ਹੋ ਮੈਂ ਭਰੀਆਂ ਕਥਾ ਕਰਦੇ ਨੇ ਬਾਬੇ ਨੇ ਆਖਿਆ ਕੋਈ ਨੀ ਮਰਦਾਨੀਆਂ ਫਿਰ ਭਰਾ ਨਾ ਗੁਰੂ ਨਾਨਕ ਨੇ ਆਪਣਾ ਸੱਜਾ ਚਰਨ ਦੀ ਖਡਾਨ ਛੱਡੀ ਆਖਿਆ ਚੱਲ ਬਈ ਜਰਾ ਝੂਟੀ ਦਾ ਡੰਡਾ ਫੜਿਆ ਸਤ ਝੂਟੀ ਦਾ ਡੰਡਾ ਗੁਰੂ ਨਾਨਕ ਨੇ ਝੂਟੀ ਦਾ ਡੰਡਾ ਫੜਿਆ ਗੁਰੂ ਨਾਨਕ ਨੇ ਝੂਟੀ ਦਾ ਡੰਡਾ ਸਭ ਦੀ ਗਿੱਚੀ ਦੇ ਵਿੱਚ ਵੱਜਦੀ ਆ ਐਂ ਪੈਂਦੀ ਜਿਵੇਂ ਕੋਕ ਦਾ ਗੋਲਾ ਨਿਕਲਦਾ ਕਿਸੇ ਦਾ ਸੱਜੇ ਕੰਨ ਦਾ ਕਿਸੇ ਖੱਬੇ ਦੇ ਕਿਸੇ ਮੱਥੇ ਦਾ ਕਿਸੇ ਦੇ ਨੱਥਾਂ ਦੇ ਕਿਸੇ ਮੂੰਹ ਦਾ ਬੋਲੀ ਪਾਣ ਗਏ ਕੁੱਟ ਕੁੱਟ ਕੇ ਖਡਾਣ ਥੱਲੇ ਲਾੜੇ ਸਿਰ ਤੇ ਜੁੱਤੀਆਂ ਖਾ ਕੇ ਤੇ ਬੰਦੇ ਪੜ੍ਹਨ ਦੇ ਨਾਲੇ ਆਹ ਗੱਲ ਕਹਿੰਦੇ ਨੇ ਸਾਰੇ ਪੜ੍ਹਦੇ ਤੰਕੂ ਮੰਗ ਤੇਰੀ ਪੱਟੀ ਹੈ ਕਮਾਈ ਤੰਕੂ ਮੰਗ ਤੇਰੀ ਪੱਟੀ ਹੈ ਕਮਾਈ ਆਹ
Thank you.
ਜੀਵਨ ਮੁਕਤ ਪਾਇਆ ਕੀ ਭਾਈ ਮਰਦਾਨੇ ਦੀ ਔਰ ਬਾਪ ਨੇ ਕੀਰਤਨ ਨੂੰ ਜਨਮ ਦਿੱਤਾ ਸਦਾ ਖੁਸ਼ ਰਹਿੰਦਾ ਸੀ ਮਰਾਸ਼ੀ ਦੀ ਰਬਾਬ ਉੱਤੇ ਮਰਦਾਨੀ ਹੈ ਜਦ ਤੂੰ ਕੀਰਤਨ ਕਰਦਾ ਸਾਡੀਆਂ ਨਿਰੰਕਾਰ ਜੱਫੀਆਂ ਪਾ ਜਾਂਦੀਆਂ ਨੇ ਗੁਰੂ ਨਾਨਕ ਨੇ ਮੈਂ ਕਰਨਾ ਕੀਰਤਨ ਜਨਮ ਦਿੱਤਾ ਸਤਿਗੁਰੂ ਹਰਿ ਸਿਮਰਤ ਜੀ ਨੇ ਢਾਡੀ ਦਰਬਾਰਾਂ ਨੂੰ ਜਨਮ ਦਿੱਤਾ ਢਾਡੀਆਂ ਦੀਆਂ ਬਾਰਾਂ ਨੂੰ ਜਨਮ ਦਿੱਤਾ ਉਹਨਾਂ ਦੋ ਦਰਬਾਰਾਂ ਨੂੰ ਜਨਮ ਦਿੱਤਾ ਜਿਹੜੇ ਹੱਥ ਕਦੇ ਮਾਲਾ ਦੇ ਟਿਕਦੇ ਸਨ ਉਹ ਹੱਥ ਤਲਵਾਰ ਦੀ ਮੁੱਠੀ ਤੇ ਗਏ ਜਿਹੜੇ ਸੀਸ ਤੇ ਕਦੇ ਛਤਰ ਝੂਟਦੇ ਸਨ ਚੌਰ ਝੂਟਦੇ ਸਨ ਪਦਮੇ ਪਾਤਸ਼ਾਹ ਨੇ ਉਸ ਹਕੂਮਤ ਦਾ ਸੀਸ ਤੇ ਕਦੇ ਥਲ ਤੇ ਪੌਦੇ ਲਿੱਤੇ ਵੀ ਪਏ ਤੀਸਰੇ ਪਾਤਸ਼ਾਹ ਦਾ ਦਰਿਆਏ ਤੀਸਰੇ ਸਰੂਪੇ ਤੋਂ ਸੇਵਾ ਕਰਨ ਦੀ ਇਜਾਜ਼ਤ ਸੀ ਆਉਣਾ ਸੀ
ਲਿਖਦੇ ਨਾ ਜੇ ਕਰ ਗੁਰੂ ਅਰਜਨ ਲਿਖਦੇ ਨਾ ਜੇ ਕਰ ਲਿਖਦੇ ਨਾ ਜੇ ਕਰ ਬਾਣੀ ਨੂੰ ਕਿਸਨੇ ਪੜਨਾ ਸੀ ਸਰਪਈ ਤੇ ਕਿਸਨੇ ਸੀ ਤਨ ਸਦਾ ਕਿਸਨੇ ਪੜਨਾ ਸੀ ਹਾਂਜੀ ਕਥਾ ਧਰਮ ਦੀ ਚੌਥੀ ਕਲਾ ਦੇ ਤਿੰਨ ਕਾਰਨ ਜੋ ਕੰਮ ਪੰਜਵੇਂ ਸਰੂਪ ਚ ਕੀਤੇ ਨੇ ਖਾਲਸਾ ਦੀ ਇਹ ਪ੍ਰੀਖਿਆ ਦੇ ਵਾਹਿਗੁਰੂ ਕਿਸੇ ਸਰੂਪ ਚ ਕੋਈ ਘੱਟ ਕੰਮ ਨਹੀਂ ਕੀਤਾ ਤੀਸਰਾ ਸਰੂਪ ਚ ਗੋਇੰਦਵਾਲ ਸਿੱਖੀ ਦਾ ਧੁਰਾ ਮੰਨਿਆ ਖਾਲਸਾ ਦੀ ਇਹ ਪ੍ਰੀਖਿਆ ਦੇ ਵਾਹਿਗੁਰੂ ਧੁਰਾਨਾ ਨੂੰ ਵਿਚਾਰਦਾ ਤੈਰ ਚੱਲਦੇ ਨਹੀਂ ਹੈਗੇ ਸੱਤ ਸੌ ਮਨ ਲੰਗਰ ਸੱਤ ਸੌ ਮਨ ਰਾਸ਼ਨ ਰੋਜ਼ ਦਾ ਲੰਗਰਾਂ ਚ ਲੱਗਦਾ ਸੀ ਜਿੰਨਾ ਰਾਸ਼ਨ ਵਰਤਾ ਦਰਿਆ ਵਿਆਸਾ ਸਤਵਾਤਾ ਜਾਂਦਾ ਬਰਤਨ ਸੀ ਤੀਜਾ ਪਾਤਸ਼ਾਹ ਦਾ ਜਿਹੜੀਆਂ ਡੱਡੀਆਂ ਬੱਚੀਆਂ ਰਾਸ਼ਨ ਨੂੰ ਖਾਣਗੀਆਂ ਉਹਨੇ ਪੜਾ ਲੂਗਾ ਚੌਥਾ ਸਰੂਪ ਹਰਿਮੰਦਰ ਸਾਹਿਬ ਦੀ ਮੋੜੀ ਛੱਡੀ ਪੰਜਵੇਂ ਸਰੂਪ ਵਿੱਚ ਕਿਸੇ ਧਰਮ ਦੀ ਚੜ੍ਹਦੀ ਕਲਾ ਦੇ ਕੁੱਝ ਕਾਰਨ ਪਹਿਲਾ ਨੰਬਰ ਤੇ ਉਸ ਧਰਮ ਦੀ ਚੜ੍ਹਦੀ ਕਲਾ ਦਾ ਕਾਰਨ ਉਸ ਧਰਮ ਦਾ ਦਾਰੋ ਖਿਲਾਫਾ ਕੇਂਦਰ ਸੈਂਟਰ ਜਿਵੇਂ ਮੁਸਲਮਾਨਾਂ ਦਾ ਕੇਂਦਰ ਮੱਕਾ ਹਿੰਦੂ ਭਰਾਵਾਂ ਦਾ ਕੇਂਦਰ ਅਯੁੱਧਿਆ ਤੇ ਦੁਆਰਕਾਪੁਰੀ ਇਜ਼ਰਾਈਲ ਜਿਹਨੂੰ ਇਸਰਾਇਲ ਵੀ ਕਿਹਾ ਜਾਂਦਾ ਇਜ਼ਰਾਈਲ ਜਿੱਥੇ ਈਸਾ ਮਸੀਹ ਦਾ ਜਨਮ ਹੋਇਆ ਸੀ ਈਸਾਈਆਂ ਦੇ ਧਰਮ ਦਾ ਧੁਰਾ ਕੇਂਦਰ ਈਸਾਈਆਂ ਦਾ ਇਸਰਾਇਲ ਇਹਨਾਂ ਦੇ ਮੁਕਾਬਲੇ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀ ਰੱਖੀ ਖਾਲਸਾ ਜੀ ਕਿੱਥੇ ਤੱਪੇ ਸਾਮ ਪ੍ਰਹੀ ਪੁੱਤ ਜੇ ਹਾ ਬੱਤੋ ਪੁੱਤ ਬਤਾਤੇ ਸਾਮੂ ਸੋਇਆ ਦੂਜੇ ਨੰਬਰ ਤੇ ਕਿਸੇ ਵੀ ਧਰਮ ਦੀ ਚੜ੍ਹਦੀ ਕਲਾ ਦਾ ਕਾਰਨ ਉਹਦਾ ਧਰਮ ਸਥਾਨ ਦੇ ਨਾਲ ਉਹਦਾ ਧਰਮ ਗ੍ਰੰਥ ਹੋਇਆ ਕਰਦਾ ਮੁਸਲਮਾਨਾਂ ਲਈ ਕੁਰਾਨ ਸ਼ਰੀਫ ਹਿੰਦੂ ਵੀਰਾਂ ਲਈ ਗੀਤਾ ਰਮਾਇਣ ਵੇਦ ਸ਼ਾਸਤਰ ਜੋਗ ਈਸਾਈਆਂ ਦੀ ਬਾਈਬਲ ਅੰਜੀਲ ਇਹਦਾ ਛੋਟੇ ਹੁੰਦਾ ਪੜਿਆ ਕਰਦਾ ਸਨ ਇਹਨਾਂ ਨੇ ਮੁਕਾਬਲ ਦਾ ਸਤਿਗੁਰੂ ਗੁਰੂ ਅਰਜਨ ਦੇਵ ਉਸ ਗ੍ਰੰਥ ਦੀ ਰਚਨਾ ਕੀਤੀ ਜਿਹਦੇ ਵਿੱਚ ਹਰ ਧਰਮ ਦੇ ਬੰਦੇ ਨੂੰ ਮਾਣ ਬਖਸ਼ਿਆ ਖੱਤਰੀ ਬ੍ਰਾਹਮਣ ਸੂਦ ਵੈਸ ਤੇ ਚੌਂ ਵਰਨਾਂ ਕੋ ਸਾਂਝਾ ਪਹਿਲਾ ਕੰਮ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੀਤਾ ਕਿਤੇ ਪੜ੍ਹਿਆ ਕਰਦੇ ਸਨ ਆਪਣੇ ਪਿਤਾ ਗੁਰੂ ਰਾਮਦਾਸ ਦੀ ਸੇਵਾ ਕਰਕੇ ਗੁਰਤਾ ਪ੍ਰਗਤੀ ਦਾ ਪ੍ਰਾਪਤ ਕਰਨਾ ਉਹਦੇ ਚਰਨਾਂ ਦੇ ਵਿੱਚ ਟੈ ਪਿਆ ਭਾਤੀ ਅਸਮਾਨ ਉਹਦੀਆਂ ਜਗ ਵਿੱਚ ਧੁੰਮਾਂ ਪੈ ਗਈਆਂ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਸਿਰਜਣਾ ਕੀਤੀ
ਉਹਨਾਂ ਅਤੇ ਪੀੜ ਗ੍ਰੰਥ ਦੀ ਛੱਡ ਕੇ ਪੈਦ ਪੁਰਾਣ ਰੋਟੀ ਖਾਂਦੇ ਉਹਦੇ ਲੰਗਰੋਂ ਰੋਟੀ ਖਾਂਦਾ ਸਭ ਹਿੰਦੂ ਮੁਸਲਮਾਨ ਲਿਖਦੇ ਨਾ ਜੇਕਰ ਸੁਰਜਨ ਲਿਖਦੇ ਨਾ ਜੇਕਰ ਸੋਹਣੀ ਨੂੰ ਕਿਸਨੇ ਸੋਹਣਾ ਸੀ ਸਰਕਾਰੀ ਟਿਕਟ ਸਿਰਫ਼ ਦੇ ਕਿਸਨੇ ਕਵੀਆਂ ਤੇ ਕਿਸਨੇ ਪੈਰਾਂ ਸੀ ਤੇ ਗਾਂ ਵਿੱਚ ਕਿਸਨੇ ਕਰਨਾ ਸੀ ਨਵੀਆ ਤਾਂ ਕਿ ਆਖੇ ਜੂਨ ਗੁਲਾਮੀ ਤੂੰ ਖੁਸ਼ੀ ਬਾਜ ਨੀ ਕਦੇ ਵੀ ਹੱਸਿਆ ਜਾਂਦਾ ਟੁੱਟ ਹੋਣੇ ਖੁਸ਼ੀ ਬਾਜ ਨੀ ਕਦੇ ਵੀ ਹੱਸਿਆ ਜਾਂਦਾ ਰੋਣੇ ਕਮਦ ਬਾਜ ਨੀ ਰੋਏ ਜਾਂਦੇ ਦਮ ਦਿੱਤੀਆਂ ਬਾਜਨਾ ਦਮ ਮਿਲਦੇ ਹੁਣ ਦਮਦ ਬਾਜ ਨਹੀਂ ਟੋਏ ਜਾਂਦੇ ਸਾਧ ਹੋਵੇ ਤਾਂ ਸੀਨੇ ਵਿੱਚ ਛੇਕ ਪੈਂਦੇ ਤੇ ਛੇਕੂ ਬਾਜ ਨੀ ਮੋਤੀ ਉਰੇ ਜਾਂਦੇ ਲੱਗੇ ਦਾਗ ਗੁਲਾਮੀ ਦੇ ਲੱਗੇ ਦਾਗ ਗੁਲਾਮੀ ਦੇ ਜਿਹੜੇ ਲੋਕੋ ਤੇ ਬਿਨਾਂ ਖੂਨ ਦਾ ਨਹੀਂ ਏ ਹੋਏ ਜਾਂਦੇ ਦੋਤਲਵਾਰੀ ਪੱਤੀਆਂ ਦੋਤਲਵਾਰੀ ਪੱਤੀਆਂ ਦੋਤਲਵਾਰੀ ਦੋਤਲਵਾਰੀ ਪੱਤੀਆਂ ਦੋਤਲਵਾਰੀ ਪੱਤੀਆਂ ਦੋਤਲਵਾਰੀ ਇੱਕ ਮੀਰੀ ਦੀ ਇੱਕ ਪੀਰੀ ਦੀ ਦੋਤਲਵਾਰੀ ਪੱਤੀਆਂ ਦੋਤਲਵਾਰੀ ਪੱਤੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਦੋਤਲਵਾਰੀ ਅਜਮਤ ਦੀ ਇੱਕ ਰਾਜ ਦੀ ਅਜਮਤ ਦੀ ਇੱਕ ਰਾਜ ਦੀ ਇੱਕ 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 ਰਾਖੀ ਫਕੀਰੀ ਸੀ ਦੋਤਲਵਾਰੀ ਪੱਤੀਆਂ ਦੋਤਲਵਾਰੀ ਪੱਤੀਆਂ
ਦਿੰਦਾ। ਪੀਰ ਬੈਠਾ ਗੁਰਭਾਰੀ ਛਕਣ, ਪੀਰ ਬੈਠਾ ਗੁਰਭਾਰੀ, ਪੀਰ ਬੈਠਾ ਗੁਰਭਾਰੀ, ਪੀਰ ਬੈਠਾ ਗੁਰਭਾਰੀ, ਸੰਗਤਾਂ ਦੂਰੋਂ ਨੇੜਿਓ ਮਾ ਕੇ ਆ ਜਾਂਦੀਆਂ ਨੇ। ਤੁਹਾਡੀ ਜ਼ਿੰਦਗੀ ਦਾ ਇਹੀ ਸਮਾਂ ਲਿਖੇ ਚ ਆਉਣਾ, ਇਹੀ ਜ਼ਿੰਦਗੀ ਜਿਹੜੀ ਗੁਰੂ ਚਰਨਾਂ ਚ ਲੱਗ ਜੇ। ਪਰ ਇੱਕ ਗੱਲ ਯਾਦ ਰੱਖਣਾ, ਜੇ ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹਿਣ, ਅੱਗੇ ਹਿਸਾਬ ਕਿਤਾਬ ਤੇ ਕੀ ਦੇਣਾ, ਅੱਗੇ ਤੁਹਾਨੂੰ ਕਿਸੇ ਨੇ ਪੁੱਛਣਾ ਵੀ ਨਹੀਂ ਕਿ ਤੂੰ ਕਰਕੇ ਕੀ ਹੈ। ਲੇਖਾ ਕੋਈ ਨਾ ਪੁੱਛੀ ਜਾ, ਹਰ ਬਖਸ਼ਣ ਦਾ ਸਤਿਗੁਰੂ ਕਿਰਪਾ ਕਰਨ ਸਮਾਂ ਅੱਗੇ ਨਹੀਂ ਦਿੰਦਾ। ਗੁਰੂ ਸਤੋਤਰ ਉਸ ਤੋਂ ਬਾਅਦ ਉਹਨਾਂ ਸਦਾ ਪਾਠ ਤੋਂ ਬਾਅਦ ਅਰਦਾਸ ਹੋਵੇਗੀ। ਤਨੁਖ 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 ਗੁਰੂ ਨਾਨਕ ਸਾਹਿਬ ਦੀ ਤਨਖ, ਸਤਿ ਸ਼੍ਰੀ ਅਕਾਲ।
Thank you.
ਜ਼ਿੰਦਗੀ ਦਾ ਇੱਕ ਇੱਕ ਵਿਸ਼ਵਾਸ, ਇੱਕ ਇੱਕ ਘੜੀ ਉਹੀ ਲੇਖੇ 'ਚ ਆਉਣੀ ਹੈ, ਜਿਹੜੀ ਹਰੀ ਜਸ ਕਰਦੇ ਹਾਂ, ਸਿਮਰਨ ਕਰਦੇ ਹਾਂ, ਜਿਹੜੀ ਕੁਦਰਤੀ ਬਾਕੀ ਜੀਵਨ ਦੀ ਕਹਾਣੀ ਤੁਹਾਡੀ ਕੀਮਤ ਨਹੀਂ ਪੈਣੀ। ਦੁਨੀਆਂ ਕੋਈ ਰੋਜ਼ਦਾ ਮੇਲਾ ਆਪਾਂ ਇੱਥੋਂ ਚਲਿਆ ਜਾਣਾ, ਇਹ ਜਨਮ ਦੁਬਾਰਾ ਕਿੱਥੇ ਮਿਲਣਾ? ਨਾ ਨਾ, ਹੋਰ ਦੁਨੀਆਂ 'ਚ ਤਾਂ ਜਾ ਸਕਦੇ ਹਾਂ, ਪਰ ਮਨੁੱਖਾ ਜਨਮ ਬਿਨਾਂ ਨਾਮ ਜਪੇ ਤੁਰੇ ਮਿਲਣਾ। ਗੁਰੂ ਕੀ ਸੰਗਤ, ਗੁਰ ਕਿਰਪਾ ਤੇ ਭਗਤ ਕਮਾਈ ਤਾਤੇ ਮਾਨਸ ਦੇਹੀ ਪਾਈ, ਜਨਮ ਮਿਲਿਆ ਇਸੇ ਕਰਕੇ ਨਾਮ ਜਪਣ ਵਾਸਤੇ। ਅਰਦਾਸ ਹੋਵੇਗੀ।